ਸੋ ਜਿਹੜੀ ਅੱਜ ਤੁਹਾਨੂੰ ਅਸੀਂ ਖਬਰ ਦੇਣੀ ਆ ਉਹ ਜਿਹੜੀ ਭਾਈ ਸਾਡੇ ਖਿਲਾਫ ਘੜੀ ਘੜੀ ਝੂਠ ਬੋਲਿਆ ਗਿਆ, ਘੜੀ ਘੜੀ ਇਲਜ਼ਾਮ ਲਾਏ ਗਏ ਅਤੇ ਘੜੀ ਘੜੀ ਭਾਈ ਰਵੀ ਸਿੰਘ 5 ਮਿਲੀਅਨ ਦਾ ਹੋਟਲ ਲੈ ਲਿਆ, 2 ਮਿਲੀਅਨ ਦਾ ਘਰ ਲੈ ਲਿਆ, ਜਿਹੜੇ ਭਾਈ ਸਾਡੇ ਇਹ ਗੱਲ ਇਹ ਵੀ ਸੋਚਣ ਵਾਲੀ ਆ ਕਿਉਂ ਖਾਲਸਾ ਐਡ ਉੱਪਰ ਕਿਉਂ ਹੱਥ ਚੱਕਦੇ ਆ, ਹੋਰ ਕਿਸੇ ਉੱਪਰ ਕਿਉਂ ਨਹੀਂ, ਕਿਉਂ ਖਾਲਸਾ ਐਡ ਚੁੱਭਦੀ ਆ ਇਹ ਨੰਬਰ ਵਨ। ਪਹਿਲਾਂ ਅਸੀਂ ਜਦੋਂ ਭਾਈ ਮਨਪ੍ਰੀਤ ਸਿੰਘ ਆਓਗੇ ਜੁਆਇਨ ਕਰੂਗੇ, ਮੈਂ ਉਹਨਾਂ ਜੁਆਇਨ ਕਰਦਾ, ਪਰ ਇਹਦੇ ਵਿੱਚ ਤੁਸੀਂ ਸੋਚੋ ਜਦੋਂ ਸਾਡੇ ਜਦੋਂ ਵੀ ਕੋਈ ਨਾ ਕੰਮ ਹੁੰਦਾ ਚੜ੍ਹਦੀ ਕਲਾਂ ਜਾਂਦੀ ਸੀ ਖਾਲਸਾ ਐਡ, ਉਹਦੇ ਵਿੱਚ ਕੋਈ ਨਾ ਕੋਈ ਉਹਨੂੰ ਚੁੱਭਦੀ ਗੱਲ ਨਹੀਂ ਭਾਈ ਹੈਡਫੋਨ ਕਨੈਕਸ਼ਨ ਬਿਲਕੁਲ ਪ੍ਰੋਪਰਲੀ ਅੱਛਾ ਯਾ ਹੈਗੇ ਮਿਲ ਗਏ ਹੈਡਫੋਨ ਜਸਟ 1 ਸੈਕਿੰਡ ਬਟ 1 ਮਿੰਟ ਲੱਗੇਗਾ, ਤੁਸੀਂ ਯਾਂ ਤੇ ਕੰਟੀਨਿਊ ਰੱਖੋ, ਮੈਂ 1 ਮਿੰਟ ਮੈਂ ਕਮੈਂਟ ਚ ਮੈਸੇਜ ਕਰ ਦੇਣਾ। ਅਮਰਪ੍ਰੀਤ ਹੋਣਾ ਵਾ, ਕਿਉਂਕਿ ਇਹ ਗੱਲ ਸੁਣਨੀ ਤੁਹਾਡੀ ਬਹੁਤ ਜ਼ਰੂਰੀ ਆ। ਜਦੋਂ ਵੀ ਖਾਲਸਾ ਏਡ ਕੋਈ ਨਾ ਚੰਗਾ ਕੰਮ ਕਰੇ ਸਾਡੀ ਸੇਵਾ ਮੂਹਰੇ ਕਰਦੇ ਆ, ਕੋਈ ਨਾ ਕੋਈ ਬਾਈ ਲੱਤ ਵੜਦਾ ਕਿ ਝੂਠ ਬੋਲਣੀ, ਝੂਠ ਖਬਰਾਂ ਲਾਉਣੀਆਂ, ਉਹਦੀ ਅੱਜ ਝੂਠ ਦਾ ਤੁਹਾਨੂੰ ਅਸੀਂ ਸੱਚਾਈ ਦਿਖਾ ਦੇਣੀ ਅੱਜ, ਕਿ ਉਹ ਵੀ ਫੈਕਟ ਦੇ ਵਿੱਚ, ਇਹ ਨਹੀਂ ਭਾਈ ਰੌਲਾ ਪਾਉਣਾ। ਕਿਉਂਕਿ ਤੁਹਾਨੂੰ ਪਤਾ ਜੋ ਮੈਂ ਕਹਿੰਦਾ ਜੋ ਮਨ ਚਾਹੁੰਦਾ ਬੋਲਦਾ, ਅਤੇ ਕਈ ਵਾਰੀ ਕਈ ਧੜੇਬੰਦੀਆਂ ਨੂੰ ਜਾਂ ਕਿਸੇ ਕੋਈ ਕਿਸੇ ਬਾਬੇ ਦੇ ਫੁੱਲ ਨੂੰ ਜਾਂ ਕੁਛ ਹੋਰ ਕਹਿ ਲਓ ਵੀ ਪਸੰਦ ਨਹੀਂ ਹੁੰਦੀ ਗੱਲ, ਇਹ ਉਹ ਸੋਚਦੇ ਭਾਈ ਰਵੀ ਸਿੰਘ ਹੋਣਾ ਅਤੇ ਖਾਲਸਾ ਨੂੰ ਕਿੱਦਾਂ ਢਾਉਣਾ ਅਤੇ ਸਾਡੇ ਖਿਲਾਫ਼। ਮੈਂ ਇਹ ਵੀ ਕਹਿੰਦਾ ਹਾਂ ਜਿੱਦਾਂ ਹੁਣ ਸਾਡੇ ਆਸਟ੍ਰੇਲੀਆ ਦੇ ਪੜ੍ਹੇ ਲਿਖੇ ਭਾਈ ਸਾਹਿਬ ਹੈਗੇ ਆ, ਬੀਬੀਆਂ ਹੈਗੀਆਂ, ਅਤੇ ਜੋ ਜਦੋਂ ਕੋਈ ਪੰਜਾਬ ਜਦੋਂ ਕੋਈ ਇੱਥੇ ਆਓਗੇ ਇੰਗਲੈਂਡ 'ਚ, ਸਾਡੇ ਤੁਸੀਂ ਘਰ ਬਾਰ ਆ ਕੇ ਦੇਖ ਸਕਦੇ ਹਾਂ, ਸਾਡੇ ਬੈਂਕ ਬੈਲੈਂਸ ਦੇ ਕੇ ਆ ਸਕਦੇ, ਸਾਡੇ ਆਪਣੇ ਪਰਸਨਲ, ਅਤੇ ਜਦੋਂ ਸਾਡੀ ਕਾਰ ਵੀ ਖਰਾਬ ਹੁੰਦੀ ਆ ਮਹੀਨਾ ਲੱਗ ਜਾਂਦਾ ਪੈਸੇ ਸੇਵ ਕਰਨ ਨੂੰ, ਕਾਰ ਠੀਕ ਕਰਨ ਨੂੰ, ਸੋ ਇਲਜ਼ਾਮ ਲਾਉਣੇ ਬਹੁਤ ਸੌਖੇ। ਪਰ ਜਦੋਂ ਖਾਲਸਾ ਕੋਈ ਚੰਗਾ ਮੂਹਰੇ ਕੰਮ ਕਰਦੀ ਆ, ਮੂਹਰੇ ਆ ਕੇ ਜਿਹੜੇ ਭਾਈ ਸਾਡੇ ਦੁਸ਼ਮਣ ਆ ਜਿਹਦੀਆਂ ਜੇਬਾਂ ਬਹੁਤ ਡੂੰਘੀਆਂ ਆ ਭਰੀਆਂ ਪਈਆਂ, ਕਿਉਂਕਿ ਅਸੀਂ ਤਾਂ ਜੋ ਚੁੱਕਿਆ ਆਪਣਾ ਚੁੱਕਿਆ ਕਦਮ ਆਪਣੀ ਕੌਮ ਲਈ, ਅਸੀਂ ਪਹਿਲਾਂ ਪਤਾ ਸਾਨੂੰ ਇਹ ਸੌਖਾ ਨਹੀਂ ਹੋਣਾ ਸੀਗਾ। ਤਾਂ ਜਿਹੜੇ ਰਿਪੋਰਟ ਲਿਖੀ ਆ ਜਿਹੜੀ ਅਖਬਾਰ ਦੀ ਅੱਜ, ਉਹਨੇ ਆਪਣਾ ਨਾਂ ਨਹੀਂ ਲਿਖਿਆ ਮੂਹਰੇ, ਪਰ ਸਾਨੂੰ ਪਤਾ ਕੌਣ ਆ, ਉਹਦਾ ਪਿਛੋਕੜ ਵੀ ਪਤਾ ਕੌਣ ਆ, ਉਹ ਟਾਈਮ ਸਿਰ ਤੁਹਾਨੂੰ ਅਸੀਂ ਜਵਾਬ ਦੇਵਾਂਗੇ ਉਹਦੇ ਪਿਛੋਕੜ ਦਾ ਵੀ, ਕਿਉਂਕਿ ਉਹ ਜ਼ਰੂਰੀ ਆ ਵੀ ਤੁਹਾਨੂੰ ਪਤਾ ਲੱਗੇ ਵੀ ਜਦੋਂ ਸਾਡੇ ਵਰਗੇ ਮੂਹਰੇ ਹੋ ਕੇ ਖੋਤਿਆਂ ਦੇ ਉੱਤੋਂ ਸ਼ੇਰਾਂ ਦੀਆਂ ਖੱਲਾਂ ਲਾਉਂਦੇ ਆ, ਤਾਂ ਖੋਤੇ ਕਿੱਦਾਂ ਭੌਂਕਦੇ ਆ, ਕਿੱਦਾਂ ਭੂੰ ਭੂੰ ਕਰਦੇ ਆ, ਕਿ ਸਾਡੀਆਂ ਖੱਲਾਂ ਲਾਤੀਆਂ, ਫਿਰ ਦੁੱਖ ਲੱਗਦਾ ਉਹਨੂੰ, ਅਸੀਂ ਖੱਲਾਂ ਲਾਈ ਜਾਣੀਆਂ, ਤੁਸੀਂ ਸਾਡੇ ਖਿਲਾਫ਼ ਜਿੰਨਾ ਮਰਜ਼ੀ ਝੂਠ ਬੋਲ ਲਓ, ਜਿੰਨੇ ਮਰਜ਼ੀ ਇਲਜ਼ਾਮ ਲਾ ਲਓ, ਜਿੰਨੇ ਮਰਜ਼ੀ ਸਾਡੇ ਪਰਿਵਾਰ ਦੇ ਖਿਲਾਫ਼ ਬੋਲੀ ਜਾਓ, ਪਰ ਅਸੀਂ ਪਿੱਛੇ ਨਹੀਂ ਹਟਣਾ, ਕਿਉਂਕਿ ਅਸੀਂ ਖਾਲਸਾ ਏਡ ਜਿਹੜੀ ਇੱਕ ਸੰਸਥਾ, ਜੇ 20 ਸਾਲ ਪਹਿਲਾਂ ਸੰਗਤ ਜੀ ਬਹੁਤ ਜ਼ਰੂਰੀ ਆ, 20 ਸਾਲ ਪਹਿਲਾਂ ਜੇ ਮੈਂ ਪੈਸੇ ਆਪਣੀ ਜੇਬ 'ਚ ਪਾਉਣੇ ਹੁੰਦੇ ਨਾ, ਤਾਂ ਖਾਲਸਾ ਏਡ ਆ ਜਿਹੜੀ ਰਜਿਸਟਰ ਨਹੀਂ ਹੋਣੀ ਚਾਹੀਦੀ ਸੀਗੀ। ਦੇਖੋ ਰਜਿਸਟਰ ਚੈਰਿਟੀ ਆ ਇਹ ਸਾਰੀ, ਇੱਥੇ ਲੰਡਨ ਰਜਿਸਟਰ, ਇਹਦੇ ਡਿਫਰੈਂਟ ਤਰ੍ਹਾਂ ਦੇ ਟਰੱਸਟੀਜ਼ ਆ, ਅਸੀਂ ਜਾਣ ਕੇ ਨਾ ਕਿਸੇ ਜਥੇਬੰਦੀ ਨਾਲ, ਨਾ ਪੋਲੀਟੀਕਲ ਪਾਰਟੀ ਨਾਲ, ਅਸੀਂ ਸੰਗ ਨਾਲ ਜੁੜੇ ਹੋਵਾਂ, ਸਾਡਾ ਕੋਈ ਫੈਂਸੀ ਚੀਜ਼ ਹੈ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ, ਸਾਡਾ ਇਹ ਲਾਲਚ ਆ ਭਾਈ ਖਾਲਸੇ ਦਾ ਕੁਛ ਬਣੇ। ਪਰ ਇਹ ਨਹੀਂ ਭਾਈ, ਕਈ ਵਾਰੀ ਕਹਿੰਦੇ ਦੇਖੋ ਜੀ ਰਵੀ ਸਿੰਘ ਤੁਹਾਡੇ ਖਿਲਾਫ਼ ਹੋਰ ਕੈਂਪੇਨ ਆ ਗਈ, ਸਾਡੇ ਖਿਲਾਫ਼ ਜਦੋਂ ਦੀ ਖਾਲਸਾ ਐਡ ਪੰਜਾਬ ਬੜੀ ਹੋਆ ਉਦੋਂ ਦੀਆਂ ਕੈਂਪੇਨ ਸ਼ੁਰੂ ਆ, ਉਦੋਂ ਦੀਆਂ ਕੈਂਪੇਨ ਸ਼ੁਰੂ ਆ, ਇਹ ਕੈਂਪ ਜਿਹੜੀਆਂ ਕੈਂਪੇਨਸ ਜਿਹੜੀਆਂ ਆ ਇਹ ਤਕੜੀਆਂ ਹੋਈ ਜਾਣੀਆਂ,
ਤਕੜੀਆਂ ਇਹ ਜਿੱਦਾਂ ਭਾਈ ਮੈਂ ਤੁਹਾਨੂੰ ਕਿਹਾ ਸਾਡੇ ਜਿਹੜੇ ਵੈਰੀ ਆ ਸਾਡੇ ਜਿਹੜੇ ਭਾਈ ਦੁਸ਼ਮਣ ਆ ਉਹਦੀਆਂ ਜੇਬਾਂ ਭਾਰੀਆਂ ਆ। ਅਮਰਪ੍ਰੀਤ ਸਿੰਘ ਸੋਰੀ ਜੇ ਤੂੰ ਆ ਗਿਆ ਮੁੜ ਕੇ ਇੱਕ ਵਾਰੀ ਕਮੈਂਟ ਕਰ ਦੇ ਫਿਰ ਮੈਂ ਤੈਨੂੰ ਦੇਖਦਾ ਮੈਂ ਨਿਗਾਹ ਰੱਖ ਰਿਹਾ। ਸੋ ਇਹਦਾ ਜਵਾਬ ਜਿਹੜਾ ਅੱਜ ਤੁਹਾਨੂੰ ਕਈ ਪੋਸਟ ਭੇਜ ਰਹੇ ਆ ਅਤੇ ਸਿਡਨੀ ਦੀ ਜਿਹੜੀ ਟ੍ਰਿਬਿਊਨ ਦੀ ਅਖਬਾਰ ਦੇ ਵਿੱਚ ਜਿਹੜਾ ਅਖਬਾਰ ਦੇ ਆਪਣੇ ਰਿਪੋਰਟ ਨੇ ਆਪਣਾ ਨਾਂ ਨਹੀਂ ਲਾਇਆ ਅਤੇ ਉਹਦਾ ਪਿਛੋਕੜ ਵੀ ਟਾਈਮ ਸਿਰ ਤੁਹਾਨੂੰ ਦੱਸਾਂਗੇ, ਉਹ ਵੀ ਸਾਡੀ ਰਿਸਰਚ ਹੋਈ ਆ, ਪਰ ਅੱਜ ਨਹੀਂ ਦੱਸਣਾ ਕਿਉਂਕਿ ਅੱਜ ਤੁਹਾਨੂੰ ਅਸੀਂ ਆਪਣਾ ਜਵਾਬ ਦੇਣਾ ਕਿਉਂਕਿ ਜੋ ਸਾਡੇ ਕੋਲ ਗਲਤ ਇਲਜ਼ਾਮ ਲਾਏ ਉਹ। ਉੱਧਰੋਂ ਜਦ ਤੱਕ ਭਾਈ ਸਾਹਿਬ ਨਹੀਂ ਆਉਂਦੇ, ਅਮਰਪ੍ਰੀਤ ਸਿੰਘ ਨਹੀਂ ਆਉਂਦੇ, ਅਤੇ ਮੈਂ ਇੱਧਰੋਂ ਤੁਹਾਨੂੰ ਸ਼ੁਰੂ ਕਰ ਦਿੰਦਾ ਇੱਕ ਦੋ ਗੱਲਾਂ। ਉਹਨੇ ਕੀ ਲਿਖਿਆ ਸੀਗਾ, ਉਹਨੇ ਲਿਖਿਆ ਵੀ ਬੰਗਲਾਦੇਸ਼ ਭਾਈ ਜਿਹੜੀ ਰਿਪੋਰਟ ਆ ਖਾਲਸਾ ਏਡ ਦੀ ਜਿਹੜੀ ਅਸੀਂ ਰਜਿਸਟਰ ਕੀਤੀ ਚੈਰਿਟੀ ਲੰਡਨ ਦੇ ਵਿੱਚ, ਆਹ ਰਿਪੋਰਟ ਸਾਡੀ ਇੱਥੇ ਰਜਿਸਟਰ ਆ ਇੱਥੇ UK ਦੀ ਗੌਰਮੈਂਟ ਦੀ ਸਰਕਾਰ ਦੇ ਨਾਲ, ਉਹਦੇ ਵਿੱਚ ਖਾਲਸਾ ਏਡ ਨੇ 2000 ਜਿਹੜੀ ਪਿਛਲੇ ਸਾਲ ਦੀ ਫਾਈਨੈਂਸ਼ੀਅਲ ਜਿਹੜੀ 2017-2018 ਮਾਰਚ ਤੱਕ ਰਿਪੋਰਟ ਆ ਜਿਹੜੀ ਕਰੰਟ ਰਿਪੋਰਟ ਆ ਉਹਦੇ ਵਿੱਚ ਬੰਗਲਾਦੇਸ਼ ਦਾ ਨਾਂ ਨਹੀਂ ਲਿਖਿਆ, ਪੈਸੇ ਇਕੱਠੇ ਕਰ ਲਏ ਆ ਪਰ ਨਾਂ ਨਹੀਂ ਲਿਖਿਆ। ਜਿਹਨੇ ਲਿਖੀ ਆ ਜਿਹਨੇ ਖਬਰ ਲਿਖੀ ਆ ਇਹ ਉਹ ਵੀ ਦੇਖ ਰਹੇ ਆ ਇਸ ਵੇਲੇ, ਜਿਹਨਾਂ ਨੇ ਸਾਡੇ ਝੂਠ ਬੋਲਿਆ ਉਹ ਵੀ ਸਾਡੇ ਦੁਸ਼ਮਣ ਪਹਿਲਾਂ ਸਾਡੀ ਬ੍ਰੋਡਕਾਸਟ ਦੇਖਦੇ ਆ ਕਿਉਂਕਿ ਉਹਨੂੰ ਪਤਾ ਵੀ ਜਿਹੜੇ ਸਾਨੂੰ ਨਫ਼ਰਤ ਕਰਦੇ ਉਹ ਤੁਹਾਨੂੰ ਜ਼ਿਆਦਾ ਪਿਆਰ ਕਰਦੇ ਸੀਕ੍ਰੇਟਲੀ। ਅੱਛਾ ਇਹ ਰਿਪੋਰਟ ਦੇ ਵਿੱਚ ਆ ਦੇਖੋ ਇੱਥੇ ਚੈਰਿਟੀ ਕਮਿਸ਼ਨ ਰਿਪੋਰਟ ਲੱਗੀ ਹੋ ਆ, ਜਿਹੜੀ ਸਾਡੀ ਰਿਪੋਰਟ ਆ ਸਾਡੀ ਵਰਗੀ ਰਿਪੋਰਟ ਕਿਸੇ ਚੈਰਿਟੀ ਨੇ ਡਿਜੀਟਲ ਰਿਪੋਰਟ ਨਹੀਂ ਲਿਖਦੀ, ਤੁਸੀਂ ਆਪੇ ਜਾ ਕੇ ਸਾਰੀਆਂ ਚੈਰਿਟੀਆਂ ਨਾ ਸਿੱਖਣੀ ਇੰਗਲੈਂਡ ਜਿਹੜੇ ਸਪੈਸ਼ਲੀ ਜਾ ਕੇ ਦੇਖ ਲਓ ਕਿ ਇੰਨੀ ਡਿਜੀਟਲ ਰਿਪੋਰਟ ਹੈਗੀ ਆ। ਅੱਛਾ ਇਹ ਰਿਪੋਰਟ ਦੇ ਵਿੱਚ ਪੰਜਵੇਂ ਪੇਜ 'ਤੇ ਲਿਖਿਆ ਆ, ਪੰਜਵਾਂ ਪੇਜ ਆ ਦੇਖੋ ਪੰਜਵਾਂ ਪੇਜ, ਅਸੀਂ ਇੱਕ ਮਿਸਟੇਕ ਆ ਅਸੀਂ ਬੰਗਲਾਦੇਸ਼ ਨਹੀਂ ਉੱਪਰ ਲਿਖਿਆ ਪਰ ਇੰਡੀਆ ਲਿਖਿਆ ਕਿਉਂਕਿ ਇੰਡੀਆ ਦੀ ਟੀਮ ਗਈ ਸੀਗੀ, ਉਹਨੇ ਆਪਣੇ ਪੋਸਟ ਪਾਇਆ ਇੰਨੀ ਵੇਰਵਾ ਨਹੀਂ ਕੀਤਾ ਬੰਗਲਾਦੇਸ਼ ਦਾ ਕੰਮ ਦਾ, ਇਹਦੇ ਵਿੱਚ ਤੁਸੀਂ ਪੜ੍ਹ ਸਕਦੇ ਹਾਂ ਦੇਖੋ ਹਾਈਲਾਈਟ ਕੀਤਾ ਮੈਂ ਭਾਈ ਸਾਡੀ ਟੀਮ ਬੰਗਲਾਦੇਸ਼ ਰੋਹਾਂਗੀਆ ਰੈਫਿਊਜੀ ਦੀ ਮਦਦ ਕੀਤੀ, ਆਹ ਦੇਖ ਲਓ ਸਾਰਾ ਲਿਖਿਆ ਆ ਹਾਈਲਾਈਟ ਦੇ ਵਿੱਚ। ਉਹਨੇ ਝੂਠ ਲਿਖਿਆ ਭਾਈ ਖਾਲਸਾ ਏਡ ਰਿਪੋਰਟ ਦੇ ਵਿੱਚ ਬੰਗਲਾਦੇਸ਼ ਲਿਖਿਆ ਹੀ ਨਹੀਂ ਗਾ ਭਾਈ ਕੁਛ ਕੀਤਾ, ਤੁਸੀਂ ਪੇਜ 5 'ਤੇ ਜਾਓ ਇੰਡੀਆ ਥੱਲੇ ਲਿਖਿਆ ਆ ਇੰਡੀਆ ਥੱਲੇ ਭਾਈ ਸਾਡੀ ਟੀਮ ਬੰਗਲਾਦੇਸ਼ ਰੋਹਾਂਗੀਆ ਰੈਫਿਊਜੀ ਦੀ ਮਦਦ ਕਾਨੂੰ ਕਰੀ ਜਾਂਦੀ ਆ ਪਿਛਲੇ ਸਾਲ ਪਹੁੰਚੀ ਹੋ ਆ, ਸਾਰਾ ਲਿਖਿਆ ਉਹਨੇ ਲਿਖਿਆ ਝੂਠ ਲਿਖਿਆ ਜਾਣ ਕੇ ਤੁਹਾਨੂੰ ਖਰਾਬ ਕਰਨ ਨੂੰ ਭਾਈ ਪੈਸੇ ਇਕੱਠੇ ਕਰ ਲਏ ਆ ਅਤੇ ਲਿਖਿਆ ਨਹੀਂ ਗਾ। ਹੋਰ ਕੀ ਲਿਖਿਆ ਉਹਨਾਂ ਨੇ, ਐਂਡਰੂ ਕੈਨ ਯੂ ਮੇਕ ਸ਼ੋਰ ਕੈਨ ਯੂ ਰਿੰਗ ਅਮਰਪ੍ਰੀਤ ਟੂ ਮੇਕ ਸ਼ੋਰ ਦੈਟ ਯੂ ਡੀ ਟੂ ਥੈਲ ਮੀ ਵਨ ਇਜ਼ ਔਨ ਹੇਅਰ ਥੈਲ ਮੀ ਵਨ ਇਜ਼ ਔਨ ਸੋ ਆਈ ਨੀਡ ਟੂ ਨੋ ਕਾਜ਼ ਆਈ ਮਿਸ ਇਟ ਕਾਜ਼ ਆਈ ਐਮ ਨੋਟ ਫੋਕਸਿੰਗ ਔਨ ਦ ਸਕਰੀਨ। ਫਿਰ ਉਹਨੇ ਲਿਖਿਆ ਆ ਭਾਈ ਇਸ ਰਿਪੋਰਟ ਦੇ ਵਿੱਚ ਖਾਲਸਾ ਏਡ ਨੇ ਕੇਰਲੇ ਦੇ ਪੈਸੇ ਇਕੱਠੇ, ਕੇਰਲਾ ਜਿਹੜਾ ਹੜ੍ਹ ਆਇਆ ਸੀਗਾ ਅਤੇ ਉੱਥੇ ਕੁਛ ਲਿਖਿਆ ਨਹੀਂ ਗਾ। ਮੈਂ ਪਹਿਲਾਂ ਬੰਗਲਾਦੇਸ਼ ਦੀ ਗੱਲ ਕਰਦਾ, ਸਾਡੀ ਮੇਰੀ ਪਿਛਲੇ ਰਾਤ ਦੀ ਦੇਖੋ ਮੇਰੀ ਪੇਜ 'ਤੇ ਅਤੇ ਖਾਲਸਾ ਏਡ ਪੇਜ 'ਤੇ ਇਸ ਸਾਲ ਵੀ ਸਾਡੀ ਸੇਵਾ ਚੱਲੀ ਜਾਂਦੀ ਆ, ਈਦ ਦੀ ਚੱਲੀ ਜਾਂਦੀ ਆ, ਉੱਧਰੋਂ ਪਲੇਗਰਾਊਂਡ ਬਣਾਏ ਜਾਂਦੇ ਆ, ਸੋ ਹਫ਼ਤਾ ਵੀ ਸੇਵਾ ਚੱਲੀ ਜਾਂਦੀ ਬੰਗਲਾਦੇਸ਼ ਦੀ, ਬਰਬਾਨੀ ਹੋਈ। ਪਰ ਇਹ ਤੁਹਾਨੂੰ ਸਮਝਾਉਣਾ ਚਾਹੁੰਦੇ ਆ, ਤੁਹਾਨੂੰ ਝੂਠ ਬੋਲ ਕਹਿਣਾ ਚਾਹੁੰਦੇ ਆ, ਜਿਹੜੇ ਪੱਤਰਕਾਰ ਅਨਪੜ੍ਹ ਪੱਤਰਕਾਰ ਬਣੇ ਅੱਜ ਕੱਲ੍ਹ ਭਾਈ ਕੰਮ ਪਾਉਂਦੇ ਆ, ਉਹਨੇ ਲਿਖਿਆ ਵੀ ਨਹੀਂ ਗਾ। 5 ਪੇਜ 'ਤੇ 5 ਸਫ਼ੇ 'ਤੇ ਲਿਖਿਆ ਆ ਬੰਗਲਾਦੇਸ਼ ਰੋਹਿੰਗਿਆ ਰੈਫਿਊਜੀ, ਸੋ ਅਮਰਪ੍ਰੀਤ ਵੀ ਆ ਰਿਹਾ। ਫਿਰ ਲਿਖਿਆ ਆ ਭਾਈ ਕੇਰਲਾ, ਇਹਨੀ ਕੇਰਲੇ ਦਾ ਲਿਖਿਆ ਨਹੀਂ ਗਾ ਕੁਛ ਰਿਪੋਰਟ ਦੇ ਵਿੱਚ, ਆਹ ਦੇਖੋ ਰਿਪੋਰਟ ਲਿਖਿਆ ਆ ਮਾਰਚ 2018। ਹੁਣ ਸਾਡੀ ਇੱਕ ਜਿਹੜੀ ਫਾਈਨੈਂਸ਼ੀਅਲ ਦੀ ਰਿਪੋਰਟ ਹੁੰਦੀ UK ਦੇਣੀ ਆ, ਉਹ ਹੁੰਦੀ ਆ ਮਾਰਚ ਤੋਂ ਲੱਗ ਕੇ 1 ਅਪ੍ਰੈਲ ਤੋਂ ਲੱਗ ਕੇ ਮਾਰਚ ਤੱਕ। ਹੁਣ ਸਾਡੀ ਜਿਹੜੀ ਨਵੀਂ ਰਿਪੋਰਟ ਇਸ ਅਗਲੇ ਪਿਛਲੇ ਸਾਲ ਦੀ ਆਉਣੀ ਆ, ਜਿਹੜੀ 1 ਅਪ੍ਰੈਲ 2018 ਟੂ 30 ਮਾਰਚ 2019, ਉਹ ਸਾਨੂੰ ਇਸ ਦੀ ਸਰਕਾਰ ਜਿਹੜੀ ਆ 6 ਮਹੀਨੇ ਦਿੰਦੀ ਰਿਪੋਰਟ ਬਣਾਉਣ ਨੂੰ, ਅਤੇ ਜਨਵਰੀ ਤੱਕ ਤੁਹਾਡੀ ਰਿਪੋਰਟ ਫਾਈਲ ਹੋਣੀ ਚਾਹੀਦੀ ਆ। ਮੇਰੇ ਖਿਆਲ ਰਿਪੋਰਟ ਸ਼ਾਇਦ 1-2 ਮਹੀਨੇ 'ਚ ਫਾਈਲ ਹੋ ਜਾਣੀ ਆ। ਸੋ ਕੇਰਲੇ ਦਾ ਵਿੱਚ ਅਸੀਂ ਕਿੱਦਾਂ ਲਿਖ ਸਕਦੇ ਹਾਂ, ਉਹ ਪੁਰਾਣੀ ਰਿਪੋਰਟ ਦੇ ਵਿੱਚ ਕੇਰਲਾ ਹੋਇਆ ਅਗਸਤ 2018 ਦੇ ਵਿੱਚ, ਇਹ ਰਿਪੋਰਟ ਹੈਗੀ ਆ ਮਾਰਚ 2018 ਦੀ ਮਾਰਚ, 4-5 ਮਹੀਨੇ ਬਾਅਦ ਕੇਰਲੇ ਦਾ ਹੋਇਆ। ਉਹ ਸਾਡੀ ਜਿਹੜੀ ਪਿਛਲੀ ਰਿਪੋਰਟ ਆਉਣੀ ਆ 2018-2019 ਉਹਦੇ ਵਿੱਚ ਹੋਊਗਾ। ਇਹ ਵੀ ਤੁਹਾਨੂੰ ਜਾਣ ਕੇ ਭੰਬਲ ਭੂਥੇ 'ਚ ਪਾ ਰਹੇ ਆ ਅਤੇ ਪੈਸੇ ਇਕੱਠੇ ਕਰ ਲਏ ਕੇਰਲੇ 'ਚ। ਕੇਰਲੇ ਵਿੱਚ ਅਸੀਂ ਪਹਿਲਾਂ ਸੇਵਾ ਕੀਤੀ ਲੰਗਰ ਸਾਡੀ ਇੰਡੀਆ ਟੀਮ ਨੇ, ਫਿਰ ਜਾ ਕੇ ਇਹਨਾਂ ਨੇ ਜਾ ਕੇ ਮੂਹਰੇ ਹੋ ਕੇ ਸਕੂਲ ਬਣਾਇਆ, ਇੱਥੋਂ ਸਾਨੂੰ ਫੰਡਿੰਗ ਮਿਲੀ ਗੁਰਦੁਆਰਾ, ਹੁਣ ਇੱਕ ਹੋਰ ਦੂਜਾ ਵੀ ਸਕੂਲ ਆ। ਸੋ ਕੇਰਲਾ ਅਤੇ ਬੰਗਲਾਦੇਸ਼ ਜਾਰੀ ਆ, ਜਿੱਦਾਂ ਸਾਡਾ ਇਰਾਕ ਦਾ ਹੇਤੀ ਦਾ ਕੰਮ ਕਿੰਨੇ ਸਾਲ ਹੋਏ ਕਰੀ ਜਾਂਦੇ ਹਾਂ, ਸਾਡਾ ਰੈਕੋਰਡ ਸਾਡਾ ਇਹ। ਸੋ ਜਿਹੜੇ ਤੁਹਾਨੂੰ ਨਾ
ਮੈਂ ਅੱਜ ਤੁਹਾਨੂੰ ਮੈਂ ਸੱਚਾਈ ਦਿਖਾ ਦਿੱਤੀ ਆ, ਕਿੰਨਾ ਝੂਠ ਲਿਖਿਆ ਇਹ ਪੱਤਰਕਾਰ ਨੇ ਆਪਣੇ ਅਖਬਾਰ ਦੇ ਪਿੱਛੇ ਨਾਂ ਵੀ ਲਿਖਿਆ ਭਾਈ ਖਾਲਸਾ ਏਡ ਬੰਗਲਾਦੇਸ਼ ਦਾ ਨਾਂ ਨਹੀਂ ਲਿਖਿਆ ਰਿਪੋਰਟ ਦੇ ਵਿੱਚ। ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ, 2018 ਦੀ ਰਿਪੋਰਟ ਸਫ਼ਾ 5, ਬੰਗਲਾਦੇਸ਼ ਰੋਹਿੰਗਿਆ ਰੈਫਿਊਜੀਸ, ਆ ਸਾਰਾ ਲਿਖਿਆ ਆ। ਸੋ ਅੰਡਰ ਇੰਡੀਆ ਲਿਖਿਆ ਆ, ਅੰਡਰ ਇੰਡੀਆ, ਕਿਉਂਕਿ ਇੰਡੀਆ ਟੀਮ ਗਈ ਸੀਗੀ। ਸੋ ਵੀ ਕਾਂਟ ਡੂ ਅਨਲੈਸ ਹੀ ਇਜ਼ ਔਨ ਦੈਟ ਵਿਦ ਦੈਟ। ਓਕੇ, ਮੈਂ ਜਪਨੀਤ ਦੇ ਨਾਂ 'ਤੇ ਹੁਣ ਲੱਗਾ, ਉਹ ਕਰੂਗਾ ਐਡ, ਇੱਕ ਮਿੰਟ ਕਰ ਦੂਗਾ ਐਡ, ਉਹ ਹੋ ਨਹੀਂ ਰਿਹਾ ਐਡ, ਅਖਾਣ ਐਡਿੰਗ ਲੋਕੇਸ਼ਨ ਐਡਿੰਗ ਨਹੀਂ ਹੋਣਾ, ਜਪਨੀਤ ਦੇ ਨਾਂ 'ਤੇ ਸੈਂਡ ਰਿਕੁਐਸਟ, ਸੋ ਇਟਸ ਨੋਟ ਹੈਪਨਿੰਗ ਸਮ ਰੀਜ਼ਨ। ਓਕੇ, ਇੱਦਾਂ ਕਰ, ਫਿਰ ਉਹਨੂੰ ਕਹਾਂ ਭਾਈ ਕੈਨ ਯੂ ਟੈਲ ਹਿਮ ਦੈਟ ਟੂ ਜੁਆਇਨ ਮੀ, ਹੀ ਕੈਨ ਸੇ ਅ ਫਿਊ ਵਰਡਸ ਇਨ 2 ਮਿੰਟਸ ਔਨ ਹਿਸ ਓਨ ਫੋਨ ਐਂਡ ਲੈਟ ਯੂ ਨੋ ਸੋ ਦੈਟ ਆਈ ਲੈਟ ਯੂ ਸਪੀਕ ਦੈਨ ਆਈ ਕਟ ਹਿਮ ਆਫ। ਤਾਂ ਇਨ 2 ਮਿੰਟਸ ਯੂ ਕਮ ਇਨ ਹੇਅਰ, ਗਿਵ ਮੀ ਅ ਕਾਊਂਟ ਡਾਊਨ, ਹੀ ਜੁਆਇਨਸ। ਓਕੇ ਸੋਰੀ, ਮਾੜੀ ਪ੍ਰੋਬਲਮ ਆ ਰਹੀ ਆ ਅਮਰਪ੍ਰੀਤ ਦੀ, ਉਹ ਜੁਆਇਨ ਕਰੂਗਾ। ਸੋ ਫਿਰ ਲਿਖਿਆ ਭਾਈ ਇਹ ਸੀਰੀਆ ਤਾਂ ਕਦੀ ਗਏ ਨਹੀਂ ਗੇ, ਸੀਰੀਆ ਤਾਂ ਅਸੀਂ ਕਦੀ ਨਹੀਂ ਗਿਆ ਭਾਈ, ਸੀਰੀਆ ਦੇ ਦੇਸ਼ ਵਿੱਚ ਬੜੇ ਮੀਡੀਆ ਕਹਿੰਦਾ। ਮੈਂ ਘੜੀ ਘੜੀ ਹੁਣ ਮੈਂ ਵਾਸ਼ਿੰਗਟਨ ਜਾ ਕੇ ਹਾਂ, ਜਿੱਥੇ ਵੀ ਮੈਂ ਗੱਲ ਕਰਦਾ, ਮੈਂ ਆਪਣੇ ਟਵਿੱਟਰ ਵੀ ਕੀਤਾ, ਫੇਸਬੁੱਕ ਕਿਹਾ ਵੀ ਅਸੀਂ ਸੀਰੀਆ ਦੇ ਅੰਦਰ ਉਹਨਾਂ ਦੀ ਜਿਹੜੀ ਜ਼ਮੀਨ 'ਤੇ ਕਦੀ ਪੈਰ ਨਹੀਂ ਪਾਇਆ, ਕੋਈ ਕਾਨੂੰਨੀ ਤੌਰ 'ਤੇ ਇੰਗਲੈਂਡ ਦੀ ਸਰਕਾਰ ਆ, ਜੇ ਤੁਸੀਂ ਸੀਰੀਆ 'ਚ ਪੈਰ ਪਾਇਆ ਇੱਥੇ ਤੁਹਾਨੂੰ 1000 ਕੁਐਸਚਨ ਪੁੱਛਦੇ। ਅਸੀਂ ਬੋਰਡਰ 'ਤੇ ਕੰਮ ਕਰਦੇ ਹਾਂ, ਜਿਹੜਾ ਬਹੁਤ ਡੇਂਜਰਸ ਏਰੀਆ ਬੋਰਡਰ ਆ, ਜਿੱਥੇ ਭਾਈ ਟਰਕੀ ਸਾਈਡ 'ਤੇ, ਲੈਬਨਨ ਸਾਈਡ 'ਤੇ, ਉਹ ਵੀ ਇੱਥੇ ਲਿਖਿਆ ਆ, ਇਰਾਕ, ਲੈਬਨਨ, ਇਹ ਸੀਰੀਅਨ ਰੈਫਿਊਜੀਸ। ਸੋ ਇਹ ਸਾਰਾ ਰਿਪੋਰਟ, ਇਹ ਪਤਾ ਨਹੀਂ ਕਿਹੜੇ ਵੀ ਪੱਤਰਕਾਰ ਅੱਜ ਕੱਲ੍ਹ ਜਿਹੜਾ ਮਰਜ਼ੀ ਬਹਿ ਕੇ ਆ ਜਾਂਦਾ ਛੇਵੀਂ ਪੜ੍ਹ ਕੇ, ਇਹ ਰਿਪੋਰਟ ਤੁਸੀਂ ਦੇਖੀ ਨਹੀਂ ਚੰਗੀ ਤਰ੍ਹਾਂ, ਰਿਪੋਰਟ ਪੜ੍ਹੀ ਨਹੀਂ, ਪਰ ਦੂਜਿਆਂ ਬੰਦਿਆਂ ਪਿੱਛੇ ਲੱਗ ਕੇ, ਕਿਉਂਕਿ ਤੁਹਾਡੇ ਬਾਬੇ ਜਾਂ ਕਿਸੇ ਤੁਹਾਡੇ ਬੰਦੇ ਦੇ ਖਿਲਾਫ਼ ਮੈਂ ਬੋਲਿਆ, ਤੁਹਾਨੂੰ ਅੱਗ ਲੱਗ ਗਈ, ਤੁਸੀਂ ਝੂਠ ਬੋਲਣਾ ਪਏ ਇੰਨਾ, ਅਸੀਂ ਤੁਹਾਨੂੰ ਵੀ ਨਹੀਂ, ਤੁਹਾਨੂੰ ਜੋ ਤੁਸੀਂ ਕੀਤਾ ਨਾ ਹੁਣ ਤੁਹਾਨੂੰ ਨੰਗਾ ਕਰ ਦਿੱਤਾ, ਕਿਉਂਕਿ ਸਾਰਾ ਰਿਪੋਰਟ 'ਚ ਆ, ਤੁਸੀਂ ਕਹਿੰਦੇ ਲਿਖਿਆ ਨਹੀਂ ਗਾ। ਫਿਰ ਤੁਸੀਂ ਕਹਿੰਦੇ ਭਾਈ ਆਸਟ੍ਰੇਲੀਆ ਦੇ ਵਿੱਚ ਤੁਸੀਂ ਰੈਜਿਸਟਰ ਨਹੀਂ ਗਏ, ਅਸੀਂ ਅਮਰੀਕਾ, ਕਨੇਡਾ ਰੈਜਿਸਟਰ, ਸਾਡੀ ਆਸਟ੍ਰੇਲੀਆ 'ਚ ਵੀ ਸਾਡੀ ਰਜਿਸਟ੍ਰੇਸ਼ਨ ਹੋ ਰਹੀ ਆ, ਯੂ ਗੈਟ ਮੀ ਦ ਲੈਟਰ ਫਰੋਮ ਆਸਟ੍ਰੇਲੀਆ ਦੇ ਏਜੰਸੀ ਨੂੰ। ਅਸੀਂ ਪਹਿਲਾਂ, ਸਾਡੀ ਜਿਹੜੀ ਔਰਗਨਾਈਜੇਸ਼ਨ ਪ੍ਰੋਫੈਸ਼ਨਲ ਆ, ਅਸੀਂ ਪਹਿਲਾਂ ਸਾਰਿਆਂ ਨੂੰ ਪੁੱਛਦੇ ਹਾਂ ਸਾਡਾ ਕੀ ਲੀਗਲ ਤੌਰ 'ਤੇ ਕੰਮ ਆ, ਫਿਰ ਅਸੀਂ ਮੂਵ ਹੋਈਦਾ। ਸਾਡੀ ਈਮੇਲ ਪਿਛਲੇ ਵਨ ਮੰਥ ਦਾ, ਆ ਸਾਡੀ ਮਾਰਚ ਦੀ ਈਮੇਲ ਪਈ ਆ, ਆਸਟ੍ਰੇਲੀਆ ਦੀ ਗੌਰਮੈਂਟ ਦੇ ਨਾਲ ਗੱਲ ਚੱਲੀ ਆ, ਇਹਦੇ ਵਿੱਚ ਕੋਈ ਅਲੀਗਲ ਗੱਲ ਨਹੀਂ, ਜਿਹੜੇ ਅਸੀਂ ਉੱਥੇ ਸਾਨੂੰ ਡੋਨੇਸ਼ਨ ਮਿਲ ਰਿਹਾ, ਜਿੱਥੋਂ ਮਰਜ਼ੀ ਡੋਨੇਸ਼ਨ ਕਰ ਸਕਦੇ ਹਾਂ, ਪਰ ਉਹਦਾ ਕੰਟਰੋਲ ਹੁੰਦਾ ਕਿੱਥੇ ਜਾ ਰਿਹਾ, ਉਹ ਅਸੀਂ ਸਾਰਾ ਇੱਥੇ ਦਿਖਾ ਸਕਦੇ ਹਾਂ, ਸਾਡੇ ਆਫਿਸ ਕੋਈ ਆ ਜਾਵੇ। ਸੋ ਸੰਗਤ ਜੀ, ਹੁਣ ਲੰਬੀ ਨੋ ਵਨ ਅਮਰਪ੍ਰੀਤ ਸਿੰਘ ਆ, ਉਹਨੂੰ ਐਡ ਇਨ ਦੈਨ ਹੀ ਕੈਨ ਸੇ। ਸੋ ਅਮਰਪ੍ਰੀਤ ਸਿੰਘ ਆ ਰਹੇ ਆ, ਉਹ ਆਪਣਾ ਆਪਣੇ ਵੱਲੋਂ ਸਮਝਾਉਗੇ। ਅੱਛਾ, ਆ ਗਏ ਅਮਰਪ੍ਰੀਤ ਸਿੰਘ, ਵਾਕਨ ਐਡ ਹਿਮ, ਇਟਸ ਨੋਟ ਲੈਟਿੰਗ ਮੀ ਐਡ ਹਿਮ। ਅਮਰਪ੍ਰੀਤ, ਕੈਨ ਯੂ, ਇਟਸ ਨੋਟ, ਇਟ ਡਸਨਟ ਲੈਟ ਮੀ ਐਡ ਹਿਮ, ਸਮਥਿੰਗ ਇਜ਼ ਰੋਂਗ। ਅਮਰਪ੍ਰੀਤ, ਕੈਨ ਯੂ ਗੋ ਆਫ ਪਲੀਜ਼ ਐਂਡ ਕੰਪਲੀਟਲੀ ਐਂਡ ਕਮ ਬੈਕ, ਸੋਰੀ 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 ਅਬਾਊਟ ਦਿਸ, ਇਹ ਐਡ ਨਹੀਂ ਕਰ ਰਿਹਾ, ਗੋ ਆਫ ਐਂਡ ਕਮ ਬੈਕ ਅਗੇਨ। ਸੋ ਜਿਹੜੀ ਭਾਈ ਘੜੀ ਘੜੀ ਜਦੋਂ ਵੀ ਖਾਲਸਾ ਏਡ ਮੋਹਰੇ ਹੁੰਦੀ, ਇਕੱਲੀ 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 ਜਿਹੜਾ ਕੈਂਪੇਨ, ਨਫ਼ਰਤ ਦੀ ਕੈਂਪੇਨ ਹੁੰਦੀ ਖਾਲਸਾ ਏਡ ਖਿਲਾਫ਼ ਹੁੰਦੀ ਆ, ਹੋਰ ਨਹੀਂ ਕਿਸੇ ਖਿਲਾਫ਼। ਜਦੋਂ ਕਿਸੇ ਦੇ ਖਿਲਾਫ਼ ਅਸੀਂ ਬੋਲੇ, ਮੇਰੀ ਆਦਤ ਹੀ ਇਹ ਆ ਭਾਈ ਜਦੋਂ ਅਸੀਂ ਇੱਧਰ ਆਏ ਹਾਂ, ਬਹੁਤ ਹੀ ਮਾੜੇ ਕੰਮ ਕਰਕੇ, ਬਹੁਤ ਮਾੜੀ ਜ਼ਿੰਦਗੀ ਸੀਗੀ, ਰੱਬ ਨੇ ਬਚਾ ਕੇ ਸਾਨੂੰ ਇੱਧਰ ਲਾ ਤਾ, ਸਾਨੂੰ ਕੋਈ ਪੈਸੇ ਦਾ ਲਾਲਚ ਨਹੀਂ ਗਾ, ਮੈਂ ਤਾਂ ਵੀ ਹਾਲ ਤੱਕ ਤੁਹਾਨੂੰ ਮੈਂ ਚੈਲੰਜ ਕਰਦਾ ਭਾਈ, ਜਿਹੜੀ ਭਾਈ ਕੋਈ ਵੀ ਆਵੇ ਸਾਡੇ ਆਫਿਸ ਦੇ ਵਿੱਚ ਜੀਆਂ ਨੂੰ, ਅਤੇ ਆ ਕੇ ਸਾਡੇ ਘਰ ਵੀ ਦੇਖਣ ਕੀ ਸਾਡੇ ਘਰ ਆ, ਅਤੇ ਸਾਡੀਆਂ ਕਾਰਾਂ ਵੀ ਦੇਖਣ ਕਿ ਟੁੱਟੀਆਂ ਜਿਹੀਆਂ ਪੁਰਾਣੀਆਂ ਕਾਰਾਂ ਜਿਹੜੇ ਤੋਂ ਠੀਕ ਵੀ ਹੁੰਦੀਆਂ, ਉਹ ਵੀ ਕੋਈ ਇਸ ਵੇਲੇ ਕੋਈ ਫਰੀ ਕੋਈ ਕਾਰ ਸਾਡੀ ਕਰ ਰਿਹਾ ਰਿਪੇਅਰ। ਸੋ ਸਾਡੀ ਜਿਹੜੀ ਮਕਸਦ ਖਾਲਸਾ ਦਾ ਇਹ ਸੀਗਾ ਕਿ ਇੱਦਾਂ ਦੇ ਜਿਹੜੇ ਬੰਦੇ ਝੂਠ ਬੋਲਦੇ ਆ, ਜਿਹੜੇ ਸਾਨੂੰ ਮਿਸਗਾਈਡ ਕਰ ਰਹੇ ਆ, ਜਿਹੜੇ ਪੈਸੇ, ਕਿੰਨੇ ਪੈਸੇ ਜਾਂਦੇ ਆ ਉੱਧਰ, ਇੱਥੋਂ ਪਿੱਛੇ ਨੂੰ ਡੇਰਿਆਂ ਨੂੰ ਜਾਂਦੇ ਆ, ਹੋਰ ਕਿਤੇ ਜਾਂਦੇ, ਉਹਦੀ ਕੋਈ ਗੱਲ ਨਹੀਂ ਕਰਨੀ, ਪਰ ਖਾਲਸਾ ਏਡ ਚੁੱਭਦੀ, ਕਿਉਂ ਖਾਲਸਾ ਏਡ ਸਿੱਧੀ ਗੱਲ ਕਰਦੀ ਪੰਜਾਬ ਦੀ ਇਨਸਾਨੀਅਤ ਤੌਰ 'ਤੇ। ਤਾਂ ਉਹੀ ਗੱਲ ਮੈਂ ਤੁਹਾਨੂੰ ਪਹਿਲਾਂ ਕਿਹਾ, ਜਦੋਂ ਤੁਸੀਂ ਸ਼ੇਰਾਂ ਦੀਆਂ ਖੱਲਾਂ ਖੋਤਿਆਂ ਤੋਂ ਲਾਉਂਦੇ ਹਾਂ ਤਾਂ ਖੋਤੇ ਨੇ ਫਿਰ ਰੌਲਾ ਪਾਉਣਾ। ਸੋ ਅਸੀਂ ਇਹ ਨਹੀਂ ਕਹਿੰਦੇ ਭਾਈ ਅਸੀਂ ਸਾਰਿਆਂ ਤੋਂ ਚੰਗੇ ਹਾਂ, ਅਸੀਂ ਇਹ ਵੀ ਨਹੀਂ ਕਦੀ ਕਿਹਾ ਭਾਈ ਸਾਰੇ ਤੋਂ ਚੰਗੀ ਚੈਰਿਟੀ ਹਾਂ, ਸਾਰੇ ਤੋਂ ਬੈਸਟ, ਨਹੀਂ, ਅਸੀਂ ਸਿੱਖਦੇ ਹਾਂ, ਹਾਲ ਤਾਂ ਵੀ ਸਿੱਖਦੇ ਹਾਂ, ਪਰ ਸਾਡੀ ਜਿਹੜੀ
ਖਾਲਸਾ ਜਿਹੜੇ ਤੁਹਾਡੀ ਖਾਲਸਾ ਜਿਹੜੇ ਆ, ਮੈਂ ਤੁਹਾਨੂੰ ਅੱਜ ਦਿਖਾ ਦਿੱਤਾ ਸਾਰਾ ਭਾਈ ਕੀ ਸਾਡੇ ਖਿਲਾਫ਼ ਝੂਠ ਬੋਲਿਆ, ਕੀ ਐਕਚੁਲੀ ਅਸਲੀਅਤ ਆ। ਤਾਂ ਜੇ ਮੁੜ ਕੇ ਫਿਰ ਮੈਂ ਕਹਿਣਾ ਚਾਹੁੰਦਾ, ਸਾਡੀ ਖਾਲਸਾ ਏਡ ਵਿੱਚ ਚੈਰਿਟੀ ਕਮਿਸ਼ਨ ਦੇ ਵਿੱਚ ਰਿਪੋਰਟ ਹੈਗੀ ਆ। ਅਤੇ ਇੱਕ ਮੈਂ ਹੋਰ ਵੀ ਇੱਕ ਅਨਾਊਂਸ ਕਰਨੀ ਇੱਕ ਚੀਜ਼, ਪਰ ਦੁਪਹਿਰ ਨੂੰ ਕਰੂੰਗਾ, ਬਹੁਤ ਜ਼ਰੂਰੀ ਅਨਾਊਂਸਮੈਂਟ ਹੋਊਗੀ, ਉਹ ਤੁਸੀਂ ਸੁਣਿਓ। ਉਹ ਸਾਰੀ ਸਿੱਖ ਕਮਿਊਨਿਟੀ ਲਈ ਹੋਣੀ ਆ। ਅਸੀਂ ਵੀ ਹੁਣ ਜਿਹੜਾ ਭਾਈ ਚੈਰਿਟੀ ਦਾ ਫੀਲਡ ਆ, ਸਿੱਖਾਂ ਦਾ ਚੈਰਿਟੀ ਦਾ ਫੀਲਡ ਆ, ਜਿੰਨਾ ਖਰਾਬ ਹੋਇਆ, ਪੈਸਾ ਕੀ ਹੋਇਆ ਨਹੀਂ ਹੋਇਆ ਸਾਰੇ ਪਾਸੇ, ਉਹਦੇ ਅਸੀਂ ਹੁਣ ਉਲਟ ਪੁਲਟ ਕਰਨਾ ਸਾਰਾ ਕੁਛ। ਅਤੇ ਉਹ ਤੁਹਾਨੂੰ ਮੈਂ ਅੱਜ ਜਾਂ ਕੱਲ੍ਹ ਤੱਕ ਮੈਂ ਰਿਪੋਰਟ ਦਊਂਗਾ, ਤੁਹਾਨੂੰ ਮੈਂ ਇੱਕ ਸਪੈਸ਼ਲ ਅਨਾਊਂਸਮੈਂਟ ਕਰਨੀ ਆ ਉਹਦੇ ਬਾਰੇ, ਕਿਉਂਕਿ ਘੜੀ ਘੜੀ ਜੋ ਕੰਮ ਹੋ ਰਿਹਾ ਆ ਸੰਗਤ ਨੂੰ ਭੰਬਲ ਭੂਸੇ 'ਚ ਪਾ ਰਿਹਾ। ਖਾਲਸਾ ਐਡ ਲਈ ਤੁਹਾਡੇ ਲਈ ਇੰਨਾ ਪਿਆਰ ਆ, ਤੁਸੀਂ ਜਦੋਂ ਅਸੀਂ ਓਕੇ ਟਰਾਈ ਕਰੀਏ ਫਿਰ ਇੱਕ ਵਾਰੀ, ਫਿਰ ਜਦੋਂ ਅਸੀਂ 5 ਪਾਉਂਡ ਖਰਚੇ ਤੁਸੀਂ 10 ਪਾਉਂਡ ਦਿੰਦੇ, ਅਸੀਂ 10 ਪਾਉਂਡ ਖਰਚੇ ਤੁਸੀਂ 20 ਪਾਉਂਡ ਦਿੰਦੇ ਸਾਨੂੰ, ਅਸੀਂ $100 ਖਰਚੇ ਤੁਸੀਂ $200 ਦਿੰਦੇ, ਭਾਈ ਖਾਲਸੇ ਤਕੜੀ ਹੋਵੇ, ਤਾਂ ਹੀ ਅਸੀਂ ਸਾਰੀ ਦੁਨੀਆ ਸੇਵਾ ਕਰ ਰਹੇ ਤਕੜੀ ਹੋ ਕੇ। ਬਾਕੀ ਸੰਸਥਾ ਕਿਉਂ ਨਹੀਂ ਚੁੱਭਦੀ ਇਹਨਾਂ ਨੂੰ? ਹੁਣ ਮੇਰੀ ਇਹੀ ਬੇਨਤੀ ਆ, ਖਾਲਸਾ ਏਡ ਵੈਬਸਾਈਟ 'ਤੇ ਜਾਓ, ਖਾਲਸਾ ਏਡ .org, www.khalsaaid.org, ਉੱਥੇ ਆ ਕੇ ਡੋਨੇਟ ਬਟਨ ਹੈਗਾ ਆ, ਤੁਸੀਂ ਜਾ ਕੇ ਸਾਰੇ ਰਿਸ਼ਤੇਦਾਰਾਂ ਸਾਰੇ ਫਰੈਂਡਾਂ ਸ਼ੇਅਰ ਕਰੋ, ਸਾਨੂੰ ਬਣਾਓ, ਇੰਨੀ ਤਕੜੀ ਬਣਾਓ, ਇਹਨੂੰ ਹੋਰ ਵੀ ਠੋਕ ਕੇ ਜਵਾਬ ਦੇਈਏ, ਸਾਰੇ ਪਾਸੇ ਹੋਰ ਸੇਵਾ ਚੱਲੇ। ਮੈਂ ਇਹ ਵੀ ਕਹਿੰਦਾ, ਜਦੋਂ ਕੋਈ ਆਸਟ੍ਰੇਲੀਆ ਤੋਂ ਸਾਡੇ ਭੈਣ ਭਰਾ ਆ ਰਹੇ ਆ, ਚੰਗੇ ਤਰ੍ਹਾਂ ਤੋਰ ਕੇ ਤੁਸੀਂ ਆਓ, ਇਹ ਢੰਗ ਨਾਲ ਬਹਿ ਕੇ ਚਾਹ ਪੀਓ, ਜੇ ਸਾਡੇ ਘਰ ਆਉਣਾ ਸਾਡੇ ਘਰ ਆ ਕੇ ਚਾਹ ਪੀਓ, ਜੇ ਤੁਸੀਂ ਸਾਨੂੰ ਸਾਡੇ ਫਰੈਂਡਸ਼ਿਪ ਦੇਖਣੀ, ਸਾਡੀ ਇੱਥੇ ਆਫਿਸ ਦੇਖਣਾ ਆਓ। ਪਰ ਅਸੀਂ ਕਦੀ ਨਹੀਂ, ਮੈਂ ਕਿਹਾ ਵੀ ਸਾਡੀ ਨਹੀਂ, ਸਾਡੀ ਹੋਣੀ ਚਾਹੀਦੀ ਖਾਲਸਾ ਐਡ ਸੰਸਥਾ ਅਮੀਰ। ਹੁਣ 1 million pound ਆਲਮੋਸਟ ਹੋ ਗਿਆ ਤੁਹਾਡੇ ਕੋਲ ਪੰਜਾਬ ਦਾ, ਅਸੀਂ ਤੁਹਾਨੂੰ ਘੜੀ ਘੜੀ ਕਹੀ ਜਾਂਦੇ 1 million, ਅਸੀਂ ਕਹਿੰਦੇ ਹਾਂ ਵੀ 1 million ਹੋ ਗਿਆ, ਅਸੀਂ ਲਕੋਇਆ ਨਹੀਂ ਗਾ। ਕਿਹੜੀਆਂ ਸੰਸਥਾ ਤੁਹਾਨੂੰ ਜਾਂ TV ਚੈਨਲ ਕਹਿ ਰਿਹਾ ਕਿੰਨਾ ਪੈਸਾ ਇਕੱਠਾ ਹੋਇਆ ਦਿਨ ਇਹ ਪਹਿਲੇ ਦਿਨ ਤੋਂ? ਅਸੀਂ ਕਹਿ ਰਹੇ ਹਾਂ ਵੀ 9 ਮਹੀਨੇ ਬਾਅਦ ਸਾਨੂੰ ਪੁੱਛੋ, ਤੁਸੀਂ 1 million ਕਿਹਾ ਸੀ ਕਿੱਥੇ ਗਿਆ? ਅਸੀਂ ਤੁਹਾਨੂੰ ਕਹਿੰਦੇ ਕਿੰਨਾ ਪੈਸਾ ਇਕੱਠਾ ਹੋਇਆ? ਤੁਸੀਂ ਸਾਨੂੰ ਦਿਖਾ ਲਿਆ ਇੱਕ ਰਸਤਾ। ਜਦੋਂ ਮੈਂ ਮੋਨਾ ਹੁੰਦਾ ਸੀਗਾ, ਮਾੜੇ ਕੰਮਾਂ 'ਚ ਪੈਣਾ, ਫਿਰ ਕਹਿਣਾ ਜੀ ਸਿੱਖੀ 'ਚ ਆ ਜਾਓ, ਤੁਸੀਂ ਕੀ ਕਰਦੇ? ਸਿੱਖੀ 'ਚ ਆ ਗਏ, ਹੁਣ ਜਿਹੜੇ ਖੋਤੇ ਸ਼ੇਰ ਬਣੀ ਫਿਰਦੇ ਆ ਉਹ ਸਾਨੂੰ ਟੋਕਦੇ ਆ। ਪਰ ਸੰਗਤ ਸਿਆਣੀ ਆ, ਤੁਸੀਂ ਸਿਆਣੇ ਆ, ਅਸੀਂ ਸੰਗਤ ਨਾਲ ਜੁੜੇ ਹੋ ਆ, ਕਿਸੇ ਪੋਲੀਟੀਕਲ ਪਾਰਟੀ ਨਾਲ, ਕਿਸੇ ਜਥੇਬੰਦੀ ਨਾਲ ਨਹੀਂ, ਸਤਿਕਾਰ ਸਾਰਿਆਂ ਦਾ ਕਰਾਂਗੇ। ਪਰ ਅਸੀਂ ਇਹ ਵੀ ਨਹੀਂ ਕਹਿੰਦੇ ਭਈ ਤੁਸੀਂ ਕਿਸੇ ਹੋਰ ਨੂੰ ਪੈਸੇ ਦੇਵੋ, ਜਿੱਥੇ ਤੁਹਾਡਾ ਮਨ ਲੱਗਦਾ ਉੱਥੇ ਦੇ ਦਿਓ। UK ਦੇਖ ਲਓ, US ਦੇਖ ਲਓ, ਕੈਨੇਡਾ ਦੇਖ ਲਓ, ਕਿਸੇ ਬਿਜ਼ਨਸ ਨੂੰ ਪੈਸੇ ਨਹੀਂ ਪੁੱਛੇ, ਕਿਸੇ ਨੂੰ ਚਿੱਠੀਆਂ ਨਹੀਂ ਪਾਈਆਂ। ਇੱਥੇ ਅਸੀਂ ਇੱਥੇ UK USA ਕੈਨੇਡਾ ਵਿੱਚ ਸਾਨੂੰ ਪੈਸੇ, ਸੰਗਤ ਤੁਸੀਂ ਆਪੇ ਹੀ ਪੈਸੇ ਸਾਨੂੰ ਦੇ ਰਹੇ ਹਾਂ। ਅਤੇ ਜਿਹੜੀ ਰਿਪੋਰਟਾਂ ਲਿਖੀ ਜਾਂਦੇ ਆ, ਲਿਖ ਲੈਂਦੇ ਰਿਪੋਰਟਾਂ, ਉਹਨਾਂ ਨੂੰ ਰਵੀ ਸਿੰਘ ਚੁੱਭਦਾ, ਖਾਲਸਾ ਏਡ ਚੁੱਭਦੀ, ਸਾਡੇ ਸੇਵਾਦਾਰ ਚੁੱਭਦੇ, ਕਿਉਂਕਿ ਉਹ ਚੜ੍ਹਦੀ ਕਲਾ ਸੇਵਾਦਾਰ ਆ। ਕਿਹੜੀ ਸੰਸਥਾ ਇਸ ਵੇਲੇ ਆ ਜਦੋਂ ਹੜ੍ਹ ਆਏ ਸੀਗੇ, 600-700 ਘੱਟ ਤੋਂ ਘੱਟ ਸੇਵਾਦਾਰ ਮੋਹਰੇ ਹੋ ਕੇ, 600-700 ਜਿੱਦਾਂ ਇੱਕ ਫੌਜ ਆ ਗਈ ਆ ਮੋਹਰੇ ਹੋ ਕੇ ਸੇਵਾ ਕੀਤੀ। ਸੋ ਕੰਮ ਸਾਡਾ ਚੱਲੀ ਜਾਣਾ, ਜਿਹੜੀਆਂ ਦੁਕਾਨਾਂ ਪਹਿਲਾਂ ਖੀਰ ਚੱਲਦੀ ਸੀ, ਰੋਜ਼ ਖੀਰ ਮਿਲਦੀ ਸੀ, ਉੱਥੇ ਹੁਣ ਚੌਲ ਵੀ ਮਿਲਦੇ, ਉਹਨਾਂ ਨੂੰ ਤਾਂ ਅੱਗ ਲੱਗਣੀ ਆ, ਇਹ ਤੁਹਾਨੂੰ ਪਤਾ ਹੀ ਆ, ਸਾਡੇ ਸੁਭਾਅ ਦਾ ਤੁਹਾਨੂੰ ਪਤਾ ਹੀ ਆ। ਜੇ ਉਹ ਮੈਂ ਘੜੀ ਘੜੀ ਕਹਿੰਦਾ, ਸਾਡੇ ਆ ਕੇ ਦੇਖ ਲਓ, ਨਾ ਅਸੀਂ ਕਦੇ ਅਫੋਰਡ ਕਰਦੇ ਕਿਤੇ ਛੁੱਟੀਆਂ ਲੈਣ ਦਾ, ਨਾ ਕਿਤੇ ਬਾਹਰ ਜਾ ਸਕਦੇ ਘੁੰਮਣ ਫਿਰਨ ਲਈ, ਸਾਰਾ ਇੱਥੇ ਸਾਡਾ ਲੱਗਾ, ਸਾਰਾ ਕੰਟਰੋਲ 'ਤੇ ਲੱਗਾ ਆ, ਸਾਡੀ ਸੈਲਰੀ ਸਾਰਾ ਸਾਰਿਆਂ ਦਾ, ਇੱਥੇ ਆ ਕੇ ਸਾਨੂੰ ਪੁੱਛੋ, ਆ ਕੇ ਤੁਹਾਨੂੰ ਦੇਵਾਂਗੇ। ਹੁਣ ਮੈਂ ਤੁਹਾਨੂੰ ਜਵਾਬ ਦੇ ਦਿੱਤਾ ਵੀ ਜੋ ਲਿਖਿਆ ਵਿੱਚ, ਜਿਹੜੇ ਕਹਿੰਦੇ ਨਹੀਂ ਲਿਖਿਆ, ਤੁਹਾਨੂੰ ਮੈਂ ਦੱਸਤਾ ਲਿਖਿਆ। ਅਤੇ ਨਾਲੇ ਜਿਹੜਾ ਖਾਲਸਾ ਏਡ ਦਾ ਬੰਗਲਾਦੇਸ਼ ਤਾਂ ਨਹੀਂ ਰੁਕਿਆ ਹਾਲ ਤੱਕ ਕੰਮ, ਜੀ ਚੱਲੀ ਜਾਂਦਾ, ਤੁਹਾਨੂੰ ਪੋਸਟ ਦੇਖੋ ਕੱਲ੍ਹ ਖਾਲਸਾ ਏਡ ਦੇ ਅਤੇ ਮੇਰੇ ਵੀ, ਕੇਰਲਾ ਚੱਲੀ ਜਾਂਦਾ ਕੰਮ, ਪੰਜਾਬ ਚੱਲੀ ਜਾਂਦਾ, ਹੁਣ ਹੜ੍ਹ ਦਾ ਸ਼ੁਰੂ ਹੋਣਾ, ਹੇਟੀ 9 ਸਾਲ ਦਾ ਚੱਲੀ ਜਾਂਦਾ, ਇਰਾਕ 5 ਸਾਲ ਦਾ ਚੱਲੀ ਜਾਂਦਾ, ਬਾਕੀ ਸੰਸਥਾ ਜਿਹੜੀਆਂ ਪੈਸੇ ਇਕੱਠੇ ਕਰਦੀਆਂ ਉਹਨੂੰ ਪੁੱਛੋ ਤੁਸੀਂ ਭਾਈ, ਹੁਣ ਤੁਸੀਂ ਇੰਨੇ ਕਹਿ ਪੈਸੇ ਇਕੱਠੇ ਕੀਤੇ ਕਿੱਥੇ ਗਏ? ਸਾਨੂੰ ਪੁੱਛ ਲਓ, ਅਸੀਂ ਤੁਹਾਨੂੰ ਕਹਿ ਦੇਵਾਂਗੇ ਚੱਲੀ ਜਾਂਦਾ ਪ੍ਰੋਗਰਾਮ, ਜਦੋਂ ਪ੍ਰੋਗਰਾਮ ਬੰਦ ਹੋ ਗਿਆ ਅਸੀਂ ਤੁਹਾਨੂੰ ਕਹਿ ਦੇਵਾਂਗੇ ਬੰਦ ਹੋ ਗਿਆ। ਇਹ ਤੁਸੀਂ ਪੋਸਟ ਸ਼ੇਅਰ ਕਰੋ, ਜਿਹੜਾ ਵੀ ਇੱਦਾਂ ਦੇ ਪੋਸਟ ਪਾਉਂਦਾ ਆ, ਤੁਸੀਂ ਸੋਚੋ ਕਿ ਕਿਉਂ ਖਾਲਸਾ ਦੇ ਪਿੱਛੇ ਹੱਥ ਹੋ ਕੇ ਪਏ ਸਾਰੇ, ਇਹ ਕਿਉਂ ਅੱਗ ਲੱਗ ਗਈ ਵੀ ਖਾਲਸਾ ਦੇ ਇਹਨਾਂ ਨੂੰ ਅਸੀਂ ਚੁੱਭਦੇ ਹਾਂ, ਸਾਨੂੰ ਦੁੱਖ ਆ ਪੰਜਾਬ ਦਾ। ਮੈਂ ਘੜੀ ਘੜੀ ਕਹਿੰਦਾ ਪੰਜਾਬ ਦੀ ਗੱਲ, ਮੈਂ ਘੜੀ ਘੜੀ ਕਹਿੰਦਾ ਵੀ ਸਾਨੂੰ ਬਹੁਤ ਦੁੱਖ ਜੋ ਪੰਜਾਬ 'ਚ ਹੋਇਆ, ਸਾਡੇ ਮੁੰਡੇ ਚੱਕ ਚੱਕ ਕੇ ਮਾਰ ਦਿੱਤੇ, ਝੂਠੇ ਮੁਕਾਬਲੇ ਜਿਹੜੇ ਸਾਡੇ ਇਸ ਵੇਲੇ ਮੋਹਰੇ ਮੋਹਰੀ ਬਣੀ ਫਿਰਦੇ ਆ, ਪਰ ਜਦ ਕਹਿੰਦੇ ਵੀ ਅਸੀਂ ਖਾਲਸੇ ਦਾ ਕੰਮ ਕਰਦੇ, ਪਰ ਜਿਹੜੇ ਸਾਡੇ ਜੋ ਕੀਤਾ ਪੰਜਾਬ ਦੇ ਵਿੱਚ ਉਹਦੀ ਗੱਲ ਨਹੀਂ ਕਰਨੀ, ਜੋ ਕੀਤਾ ਪੰਜਾਬ ਦੇ ਮੁੰਡੇ ਝੂਠੇ ਮੁਕਾਬਲੇ ਮਾਰ ਦਿੱਤੇ, ਡਿਸਅਪੀਅਰ, ਉਹਦੀ ਗੱਲ ਨਹੀਂ ਕਰਨੀ, ਪਰ ਤੁਸੀਂ ਕਿੱਦਾਂ ਕਹਿ ਸਕਦੇ ਖਾਲਸੇ, ਅਸੀਂ ਸਾਰਿਆਂ ਤੋਂ ਮਾੜੇ ਹਾਂ, ਪਰ ਤਾਂ ਵੀ ਅਸੀਂ ਗੱਲਾਂ ਕਰਦੇ ਖੁੱਲ੍ਹੀਆਂ।
ਪੰਜਾਬ ਦੀਆਂ ਕਿਉਂਕਿ ਸਾਨੂੰ ਦੁੱਖ ਆ। ਜਿਹੜਾ ਮਰਜ਼ੀ ਆ ਜਾਵੇ ਇੱਥੇ ਤੇ ਦੇਖ ਲਵੇ ਸਾਡੀ ਕਿੰਨੀਆਂ ਕੁ ਵੱਡੀਆਂ ਬੈਂਟਲੀ, ਮੈਨੂੰ ਕਹਿੰਦੇ ਤੁਹਾਡੇ ਕੋਲ ਬੈਂਟਲੀ ਆ, ਤੁਹਾਡਾ ਰੋਲਸ ਰੋਇਸ ਤੁਹਾਡੇ ਕੋਲ ਆ, ਸਾਨੂੰ ਸਾਰੇ ਜਾਣਦੇ ਇੱਥੇ, ਸਾਰੇ ਇੱਥੇ ਜੱਗ ਜਾਣਦਾ, ਇੱਥੇ ਆ ਕੇ ਮੈਨੂੰ ਮਿਲਦੇ ਆ ਸਾਡੇ ਦੋਸਤ ਆ, ਦੇਖ ਲਓ ਆ ਕੇ। ਜੇ ਤੁਸੀਂ ਮੈਨੂੰ ਕੋਈ ਕਾਰ ਲੈ ਕੇ ਦੇਣੀ ਆ ਤਾਂ ਮੈਂ ਕਹਿੰਦਾ ਠੀਕ ਆ, ਲਾਲ ਬੱਤੀ ਵੀ ਲਾਲ ਦੇ ਦਿਓ ਅਤੇ ਮੈਂ ਵੀ ਪਾ ਕੇ ਬਹਿ ਜੂੰਗਾ ਇੱਦਾਂ, ਫਿਰ ਤੁਸੀਂ ਮੈਨੂੰ ਫਿਰ ਆਰਾਮੇ ਜਿੰਨੇ ਮਰਜ਼ੀ ਦੇ ਦਿਓ, ਪਰ ਤੁਸੀਂ ਚੁੱਪ ਨਹੀਂ ਸਾਨੂੰ ਕਰ ਸਕਦੇ। ਝੂਠ ਜਿੰਨਾ ਮਰਜ਼ੀ ਬੋਲੀ ਜਾਓ ਵੀ ਇਹ ਦਲਾਲ ਆ, ਇਹ ਅੱਤਵਾਦੀ ਆ, ਖਾਲਸਾ ਏਡ ਯੇ ਆ, ਖਾਲਸਾ ਏਡ ਉਹ ਆ, ਕੁਐਸਚਨ ਇੱਥੇ ਆਉਂਦਾ, ਸਵਾਲ ਇੱਥੇ ਆਉਂਦਾ ਵੀ ਚੁੱਪਦੀ ਕਿਉਂ ਖਾਲਸਾ ਏਡ, ਹੋਰ ਕਿਉਂ ਨਹੀਂ ਚੁੱਪਦੀ ਇਹਨਾਂ ਨੂੰ ਔਰਗਨਾਈਜੇਸ਼ਨ। ਸੋ ਮੈਂ ਅਮਰਪ੍ਰੀਤ ਦੀ ਵੇਟ ਕਰਦਾ ਸੀਗਾ, ਇਸ ਗੋਇੰਗ ਟੂ ਜੁਆਇਨ ਇਨ। ਅਮਰਪ੍ਰੀਤ, ਕੈਨ ਯੂ ਟ੍ਰਾਈ ਵਨ ਮੋਰ ਟਾਈਮ? Andrew, can you get Tom to try one more time? Okay, Amarpreet Singh ne sade Asia de director ya moreo ke seva kar rahe phad de vich, jo tu kehne balle balle Ravi Singh ji oh kar rahe ya, Amarpreet Singh ne more ho ke apni sevadar de naal oh main koshish kiti pehla mar ja sound break ho reha siga te hun ko earphone hage par oh connection di wait karde ha, ohne sara kam sambhalya Bangladesh da, Nepal da, Kerala da, sare da। Tell him try one more time on his phone, in his phone. Oh, okay, Amarpreet is coming on board. I don't know why it's not connecting. He's already live. Yeah, I can see it, but it's not is he live? Yeah. Where? I can't see him. He can't see him. This is very strange. Amarpreet saying to add nahi ho raha yaar. ਮੈਂ ਕੋਸ਼ਿਸ਼ ਕਰ ਰਿਹਾ ਇੱਥੇ ਫੋਨ 'ਤੇ, ਫੋਨ ਵੀ ਟੁੱਟ ਜਾਣਾ। ਵਿੱਚ ਮੀਨ ਹੀ ਇਜ਼ ਲਾਈਵ ਆਲਰੇਡੀ, ਇਜ਼ ਔਨ ਹਿਜ਼ ਐਕਟਿਵ, ਹੀ ਸ਼ੁੱਡ ਬੀ ਵਰਕਿੰਗ ਬੇਸਿਕਲੀ। ਓਕੇ ਓਕੇ ਓਕੇ, ਗੋ ਔਨ, ਕਮਿੰਗ ਔਨ, ਯੂ ਆਰ ਬੀਇੰਗ ਐਡਿਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੰਨੀ ਇੰਪੋਰਟੈਂਟ ਟੌਕ ਸੀ ਅਤੇ ਪਤਾ ਨਹੀਂ ਕਿਉਂ ਨਹੀਂ ਜੁਆਇਨ ਹੋ ਪਾਏ। Anyhow, ਸਵੇਰੇ ਉੱਠਦਿਆਂ ਸਾਰ ਹੀ ਤਕਰੀਬਨ 6-7 ਵਜੇ ਮੈਨੂੰ ਕਾਫੀ ਮੈਸੇਜਿਸ ਆਉਣੇ ਸ਼ੁਰੂ ਹੋਏ ਕਿ ਆਹ ਖਾਲਸਾ ਏਡ ਦਾ ਆਰਟੀਕਲ ਪੰਜਾਬ ਦੀ ਇੱਕ ਇਹੋ ਜਿਹੀ ਰਿਸਪੋਂਸੀਬਲ ਅਖਬਾਰ ਦੇ ਵਿੱਚ ਲੱਗਿਆ ਕਿ ਜਿਸ ਤੋਂ ਅਸੀਂ ਜਿਹੜੇ ਜਰਨਲਿਸਟ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਜਿਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨਾ, ਜਿਨ੍ਹਾਂ ਨੇ ਨਿਊਜ਼ ਦੇਣੀ ਹੈ, ਅਤੇ ਉਹ ਇੱਕ ਇਹੋ ਜਿਹਾ ਜ਼ਿੰਮੇਵਾਰ ਅਖਬਾਰ ਦਾ ਐਡੀਟਰ ਜਾਂ ਅਖਬਾਰ ਦੇ ਜਰਨਲਿਸਟ ਇਹੋ ਜਿਹੀ ਖਬਰ ਲਾ ਰਹੇ ਨੇ ਜਿਨ੍ਹਾਂ ਕੋਲ ਪ੍ਰੋਪਰਲੀ, ਜਿਨ੍ਹਾਂ ਨੇ, ਮੈਨੂੰ ਤਰਸ ਆਉਂਦਾ ਤੇ ਹਾਸਾ ਵੀ ਆਉਂਦਾ ਕਿ ਪੱਤਰਕਾਰੀ ਦਾ ਮਿਆਰ ਕਿੰਨਾ ਕੁ ਡਿੱਗ ਚੁੱਕਿਆ। ਪੱਤਰਕਾਰੀ ਜਦੋਂ ਕਰਦਾ ਹੈ ਕੋਈ ਜਰਨਲਿਸਟ, ਅਸੀਂ ਵੀ ਬਹੁਤ ਵੱਡੇ ਵੱਡੇ ਜਰਨਲਿਸਟ ਨੂੰ ਮਿਲਦੇ ਹਾਂ, ਤੇ ਜਦੋਂ ਕੋਈ ਪੱਤਰਕਾਰ ਰਿਪੋਰਟ ਵੀ ਕਰਦਾ ਹੈ ਤਾਂ ਦੂਜੇ ਦਾ ਪੱਖ, ਜੇ ਕਿਸੇ ਦੇ ਤੁਸੀਂ ਬਲੇਮ ਵੀ ਕਰ ਰਹੇ ਹੋ, ਜਿਸ ਪਾਰਟੀ ਦੇ ਤੁਸੀਂ ਬਲੇਮ ਕਰ ਰਹੇ ਹੋ, ਤੇ ਉਹ ਵੀ ਉਸ ਤੋਂ ਤੁਹਾਡਾ ਪੁੱਛਣ ਦਾ ਸਭ ਤੋਂ ਪਹਿਲ ਹੁੰਦੀ ਹੈ ਕਿ ਦੋਨੇ ਪਾਰਟੀ ਦੀ ਸੁਣ ਕੇ ਦੈਨ ਖਬਰ ਲਗਾਉਣੀ ਚਾਹੀਦੀ ਹੈ। ਔਰ ਇੱਕ ਜ਼ਿੰਮੇਵਾਰ ਅਖਬਾਰ ਦੇ ਜਰਨਲਿਸਟ ਨੇ ਇੰਨੀ ਵੱਡੀ ਖਬਰ ਲਾਈ ਕਿ ਖਾਲਸਾ ਏਡ ਦਾ ਹਿਸਾਬ ਹੈ ਜਿਹੜਾ ਉਹ ਬੰਗਲਾਦੇਸ਼ ਦਾ ਤੇ ਕੇਰਲਾ ਦਾ ਰਿਪੋਰਟਸ ਦੇ ਵਿੱਚ ਨਹੀਂ ਦਿਖ ਰਿਹਾ। ਭਾਈ ਸਾਹਿਬ, ਮੈਂ ਤੁਹਾਡੀ ਵੈਸੇ ਇੰਟਰਵਿਊ ਸਾਰਾ ਲਾਈਵ ਵੇਖਿਆ ਵੀ ਆ, ਬੰਗਲਾਦੇਸ਼ ਆਪਣੇ ਪ੍ਰੋਜੈਕਟ ਹਜੇ ਵੀ ਚੱਲੀ ਜਾਂਦੇ ਨੇ। 2 ਮਹੀਨੇ ਪਹਿਲਾਂ ਜਦੋਂ ਈਦ ਸੀਗੀ, ਈਦ ਦੇ ਵਿੱਚ ਅਸੀਂ ਤਕਰੀਬਨ ਮੇਰੇ ਖਿਆਲ 10-15 ਹਜ਼ਾਰ ਜਿਹੜੇ ਉੱਥੇ ਦੇ ਰਿਫਿਊਜੀ ਸੀਗੇ ਉਹਨਾਂ ਲਈ ਲੰਗਰ ਦੀ ਪੂਰੀ ਟੀਮ ਉੱਥੋਂ ਦੀ ਭੇਜ ਕੇ ਤੇ ਹਜ਼ਾਰਾਂ ਬੰਦਿਆਂ ਦਾ ਲੰਗਰ ਹੈ ਜਿਹੜਾ ਉੱਥੇ ਡਿਸਟ੍ਰੀਬਿਊਟ ਕੀਤਾ, ਸਾਰੇ ਅਸੀਂ ਲਾਈਵ ਵੀ ਪਾਏ। ਉਸ ਤੋਂ ਬਾਅਦ ਕੇਰਲਾ ਦੀ ਜਿਹੜੀ ਗੱਲ ਆਰਟੀਕਲ ਦੇ ਵਿੱਚ ਲਿਖੀ ਗਈ ਹੈ, ਕੇਰਲਾ ਦੇ ਵਿੱਚ ਖਾਲਸਾ ਏਡ ਨੇ ਰਿਪੋਰਟ ਦੇ ਵਿੱਚ ਸਾਨੂੰ ਦਿਖ ਨਹੀਂ ਰਿਹਾ, ਹਾਲਾਂਕਿ ਬੰਗਲਾਦੇਸ਼ ਦਾ ਵੀ ਰਿਪੋਰਟ ਦੇ ਵਿੱਚ ਮੈਂਸ਼ਨ ਹੈ, ਤੁਸੀਂ ਦਿਖਾ ਚੁੱਕੇ ਹੋ ਪਹਿਲਾਂ। ਤੇ ਕੇਰਲਾ ਦੇ ਵਿੱਚ ਵੀ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡਾ LP ਡਿਸਟ੍ਰਿਕਟ ਦੇ ਵਿੱਚ ਇੱਕ ਸਕੂਲ ਹੈ ਜਿਹੜਾ ਉਹ ਕੰਪਲੀਟ ਹੋ ਚੁੱਕਿਆ, ਦੂਜਾ ਸਕੂਲ ਸਾਡਾ ਕੰਸਟਰਕਸ਼ਨ ਹੈ ਜਿਹੜੀ ਉਹ ਜਿਹੜਾ ਹੜ੍ਹ ਦੇ ਨਾਲ ਖਤਮ ਹੋ ਗਿਆ ਸੀ ਸਕੂਲ, ਉਹ ਇੱਕ ਹੋਰ ਸਕੂਲ, ਸੈਕਿੰਡ ਸਕੂਲ ਅਸੀਂ ਅਡੋਪਟ ਕਰਕੇ ਉਸਦਾ ਕੰਮ ਪਿਛਲੇ ਮਹੀਨੇ ਤੋਂ ਸ਼ੁਰੂਆਤ ਕਰ ਚੁੱਕੇ ਹਾਂ। ਔਰ ਮੈਂ ਕੋਸ਼ਿਸ਼ ਕਰ ਰਿਹਾ, ਹਜੇ ਪੰਜਾਬ ਦੇ ਖੜਾ ਕਰਕੇ ਬਿਜ਼ੀ ਹਾਂ, ਮੈਂ ਵਿਦਇਨ ਅ ਵੀਕ ਔਰ 2 ਵੀਕ ਦੇ ਵਿੱਚ ਜਾ ਕੇ ਉੱਥੋਂ ਲਾਈਵ ਕਰਾਂਗਾ, ਸ਼ਾਇਦ ਉਹ ਲਾਈਵ ਹੀ ਆਟੋਮੈਟਿਕਲੀ ਜਵਾਬ ਦੇ ਦੇਗਾ ਕਿ ਕਿਹੜਾ ਅਸੀਂ ਸਕੂਲ ਬਿਲਡ ਕਰ ਚੁੱਕੇ ਹਾਂ ਤੇ ਕਿਹੜਾ ਸਾਡਾ ਸਕੂਲ ਨਵਾਂ ਚੱਲ ਰਿਹਾ। ਸੋ ਗੱਲ ਇੱਦਾਂ ਹੈ ਕਿ ਜਿਹੜਾ ਅੱਜ ਪੱਤਰਕਾਰੀ ਦਾ ਮਿਆਰ ਮੈਨੂੰ ਦੇਖਣ ਨੂੰ ਮਿਲਿਆ, ਕਦੇ ਐਕਸਪੈਕਟ ਨਹੀਂ ਸੀ ਕੀਤਾ ਕਿ ਇਹ ਚੀਜ਼ ਵੀ ਹੋ ਸਕਦੀ ਹੈ। ਕਾਫੀ ਸੰਗਤ ਜਿਹੜੀ ਨੀਚੇ ਕਮੈਂਟ ਕਰ ਰਹੀ ਹੈ ਕਿ ਸਾਨੂੰ ਇਗਨੋਰ ਕਰਨਾ ਚਾਹੀਦਾ, ਸਾਨੂੰ ਨੈਗੇਟਿਵਿਟੀ ਇਗਨੋਰ ਕਰਨੀ ਚਾਹੀਦੀ ਹੈ, ਮੈਂ ਟੋਟਲੀ ਐਗਰੀ ਕਰਦਾ ਕਿ ਸਾਨੂੰ ਇਗਨੋਰ ਕਰਨੀਆਂ ਚਾਹੀਦੀਆਂ ਜੋ ਨੈਗੇਟਿਵ ਸਾਡੇ ਆਲੇ ਦੁਆਲੇ ਹੋ ਰਿਹਾ ਜਾਂ ਜੋ ਸਾਡੇ ਹੇਟਰਸ ਨੇ, ਬਟ ਆਖਿਰਕਾਰ ਅਸੀਂ ਵੀ ਇਨਸਾਨ ਹਾਂ, ਇਹ ਇਨਸਾਨਾਂ ਦੀ ਬਣਾਈ ਹੋਈ ਚੈਰਿਟੀ ਆ,
ਸਾਡੇ ਵੀ ਇਮੋਸ਼ਨਸ ਨੇ, ਸਾਨੂੰ ਵੀ, ਅਸੀਂ ਜਦੋਂ ਮੂਹਰੇ ਸੇਵਾ ਕਰ ਰਹੇ ਹਾਂ, ਦਿਨ ਰਾਤ ਸੇਵਾ ਕਰ ਰਹੇ ਹਾਂ, ਕੋਈ ਸਾਡਾ ਜਿਹੜੇ ਸੇਵਾਦਾਰ ਨਾ ਆਪਣੇ ਪਰਿਵਾਰ ਦਾ ਧਿਆਨ ਰੱਖ ਪਾ ਰਹੇ ਨੇ, ਨਾ ਆਪਣੇ ਪ੍ਰੋਫੈਸ਼ਨਸ ਵਿੱਚ ਛੁੱਟੀਆਂ ਲੈ ਲੈ ਕੇ, ਜੋਬਾਂ ਤੋਂ ਨੌਕਰੀਆਂ ਤੋਂ ਛੁੱਟੀਆਂ ਮੰਗ ਮੰਗ ਕੇ, ਝੂਠ ਬੋਲ ਬੋਲ ਕੇ ਸਾਡੇ ਕੋਲ ਸੇਵਾ ਕਰਨ ਆਉਂਦੇ ਨੇ ਕਿ ਅਸੀਂ ਸਿਰਫ ਸੇਵਾ ਕਰਨਾ ਚਾਹੁੰਦੇ ਹਾਂ, ਤੇ ਉਹਨਾਂ ਦਾ ਦਿਲ ਨਹੀਂ ਟੁੱਟਦਾ ਹੋਏਗਾ? ਮੈਂ ਸਿਰਫ, ਮੇਰਾ ਇੱਕ ਕੁਐਸਚਨ ਹੈ ਕਿ ਅਸੀਂ ਇਸ ਲੈਵਲ ਤੇ ਆ ਜਾਂਦੇ ਹਾਂ ਕਿ ਇੱਕ ਪੂਰਾ ਧੜਾ, ਇੱਕ ਪੂਰੀ ਲੌਬੀ ਸਾਰੀ ਖਾਲਸਾ ਏਡ ਦੇ ਖਿਲਾਫ ਹੋ ਕੇ ਜਦੋਂ ਬੋਲਣਾ ਸ਼ੁਰੂ ਕਰ ਦਿੰਦੀ ਹੈ? ਸਾਨੂੰ ਸੰਗਤ ਨਾਲ ਪਿਆਰ ਹੈ, ਸਾਨੂੰ ਸੰਗਤ ਸਪੋਰਟ ਕਰ ਰਹੀ ਹੈ, ਜੇ ਸੰਗਤ ਨਾ ਸਪੋਰਟ ਕਰਦੀ ਹੁੰਦੀ ਤੇ ਇਹ 1 million pound ਇਸ ਟਾਈਮ ਨਾ ਇਕੱਠਾ ਹੁੰਦਾ। ਸਾਨੂੰ, ਅਸੀਂ ਉਹ ਰਿਸਪੈਕਟ ਕਰਦੇ ਹਾਂ ਉਹਨਾਂ ਦੇ ਪਿਆਰ ਦੀ, ਅਸੀਂ ਦੇਣਾ ਨਹੀਂ ਦੇ ਸਕਦੇ ਸੰਗਤ ਦਾ, ਬਟ ਨਾਲ ਦੀ ਨਾਲ ਪੈਰਲਰ ਜਿਹੜਾ ਸਿਸਟਮ ਚੱਲ ਰਿਹਾ, ਸਾਨੂੰ ਉਸਦੇ ਬਾਰੇ ਤੇ ਵੀ ਅਵੇਅਰ ਕਰਨਾ ਪਏਗਾ ਨਾ। ਕਈ ਵਾਰ ਅਸੀਂ ਲਾਈਵ ਕਰਦੇ ਹਾਂ ਤਾਂ ਸਾਨੂੰ ਲੋਕ ਪੁੱਛਦੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਕਿ ਤੁਹਾਡੇ ਖਿਲਾਫ਼ ਇਹ ਹੋ ਰਿਹਾ। ਭਾਈ ਸਾਹਿਬ, ਯੂ ਨੋ ਕਿ ਜਦੋਂ ਪੰਜਾਬ ਦੇ ਵਿੱਚ ਸੇਵਾ ਸ਼ੁਰੂ ਕੀਤੀ ਸੀ ਤਾਂ ਮੇਰੇ ਪਿੱਛੇ ਗੱਡੀਆਂ ਪਾ ਦਿੱਤੀਆਂ ਜਾਂਦੀਆਂ ਸੀ ਕਿ ਭਾਈ ਅਮਰਪ੍ਰੀਤ ਨੂੰ ਚੱਕ ਦਿਓ ਕਿਸੇ ਤਰੀਕੇ ਨਾਲ। ਮਤਲਬ ਹਰ ਇੱਕ ਤਰ੍ਹਾਂ ਦੇ ਥ੍ਰੈਟ ਅਸੀਂ ਫੇਸ ਕੀਤੇ, ਹਰ ਇੱਕ ਤਰ੍ਹਾਂ ਦੇ ਚੈਲੰਜਸ ਨੂੰ ਫੇਸ ਕਰ ਰਹੇ ਹਾਂ। ਉਹ ਸਾਰੇ ਚੈਲੰਜਸ ਨੂੰ ਫੇਸ ਕਰਦੇ ਹੋਏ ਸਾਡੀ ਅਚੀਵਮੈਂਟ ਇਹ ਕਿ ਅਸੀਂ ਤਾਂ ਵੀ ਅੱਗੇ ਚੱਲੀ ਜਾ ਰਹੇ ਹਾਂ, ਕਿਉਂਕਿ ਸਾਨੂੰ ਪਤਾ ਕਿ ਸੰਗਤ ਸਾਡੇ ਪਿੱਛੇ ਖੜੀ ਹੈ, ਸਾਨੂੰ ਪਤਾ ਸਾਡੀ ਸਪੋਰਟ ਕੌਣ ਕਰ ਰਿਹਾ। ਬਟ ਤਾਂ ਵੀ ਸਾਨੂੰ ਕਿਉਂ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ? ਕਿਉਂ, ਕੱਲ ਵੀ ਮੈਂ ਇੱਕ ਇੰਟਰਵਿਊ ਦੇ ਰਿਹਾ ਸੀਗਾ ਜਲੰਧਰ 'ਚ, ਤੇ ਬੜੇ ਵਧੀਆ ਉੱਥੇ ਕੁਐਸਚਨਸ ਇਹੀ ਸੀਗੇ ਕਿ ਕਿਉਂ ਤੂੰ, ਤੁਹਾਨੂੰ ਕਿਉਂ ਸ਼ੱਕ ਨਾਲ ਵੇਖਿਆ, ਤੁਹਾਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਹੋਰ ਵੀ ਐਨ ਜੀ ਓਜ਼ ਨੇ। ਪਰ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਕਿ ਜਿਸ ਹਿਸਾਬ ਸਿਰ, ਜਿਸ ਸਪੀਡ ਦੇ ਵਿੱਚ ਖਾਲਸਾ ਏਡ ਨੂੰ ਸੰਗਤ ਵੱਲੋਂ ਸਪੋਰਟ ਮਿਲ ਰਹੀ ਹੈ ਪੂਰੀ ਦੁਨੀਆ 'ਚੋਂ, ਸਿੱਖਾਂ ਵੱਲੋਂ, ਪੰਜਾਬੀਆਂ ਵੱਲੋਂ, ਹਰ ਇੱਕ ਧਰਮ ਦੇ ਲੋਕ ਅੱਜ ਖਾਲਸਾ ਏਡ ਨੂੰ ਦਸਵੰਧ ਦੇ ਰਹੇ ਨੇ। ਸਾਡੇ ਕੋਲ ਭਾਈ ਸਾਹਿਬ ਪਿੱਛੇ ਜੇ ਕੇਰਲਾ ਆਪਾਂ ਫਲੱਡ ਦੇ ਵਿੱਚ ਕੰਮ ਕੀਤਾ, ਕੇਰਲਾ ਤੋਂ ਲੋਕਾਂ ਨੇ ਪੰਜਾਬ ਦੇ ਫਲੱਡ ਲਈ ਡੋਨੇਸ਼ਨ ਭੇਜੀ ਹੈ। ਇੰਨਾ ਪਿਆਰ ਹੈ ਲੋਕਾਂ ਦਾ, ਅਸੀਂ ਉਹ ਦੇਣਾ ਨਹੀਂ ਦੇ ਸਕਦੇ ਉਹ ਸੰਗਤ ਦਾ, ਬਟ ਨਾਲ ਦੀ ਨਾਲ ਅਵੇਅਰ ਜ਼ਰੂਰ ਕਰ ਸਕਦੇ ਹਾਂ ਕਿ ਸਾਨੂੰ ਕਿਸ ਤਰ੍ਹਾਂ ਦੇ ਚੈਲੰਜਸ ਆਉਂਦੇ ਨੇ। ਔਰ ਕਈ ਇਹੋ ਜਿਹੇ ਚੈਲੰਜਸ ਨੇ ਸ਼ਾਇਦ ਮੈਂ ਲਾਈਵ ਦੇ ਵਿੱਚ ਦੱਸ ਵੀ ਨਹੀਂ ਸਕਦਾ, ਅਸੀਂ ਦੱਸ ਵੀ ਨਹੀਂ ਸਕਦੇ ਕਿੱਦਾਂ ਦਾ ਸੇਵਾਦਾਰਾਂ ਨੂੰ। ਹੁਣ ਪਿੱਛੇ ਦੇਹਰਾਦੂਨ ਦੇ ਵਿੱਚ ਮੈਂ ਲਾਈਵ ਵੀ ਕੀਤਾ ਸੀਗਾ, ਦੇਹਰਾਦੂਨ ਦੇ ਵਿੱਚ ਕਸ਼ਮੀਰੀ ਸਟੂਡੈਂਟਸ ਨੂੰ ਅਸੀਂ ਰਾਸ਼ਨ ਵੰਡ ਰਹੇ ਹਾਂ ਉਹਨਾਂ ਦੇ ਮਹੀਨਿਆਂ ਦਾ। 1 ਮਹੀਨਾ ਹੋ ਗਿਆ ਕਿ ਉਹ ਆਪਣੇ ਪਰਿਵਾਰਾਂ ਨਾਲ ਕੰਟੈਕਟ ਨਹੀਂ ਕਰ ਪਾ ਰਹੇ, ਉਹਨਾਂ ਦੀ ਜੇਬਾਂ ਖਾਲੀਆਂ ਹੋ ਗਈਆਂ, ਉਹਨਾਂ ਕੋਲ ਪੈਸੇ ਨਹੀਂ ਹੈ। ਉਹ ਪੀਜੀ ਦੇ ਵਿੱਚ ਆਪਣੇ ਜਦੋਂ ਰਹਿੰਦੇ ਨੇ ਕਾਲਜਿਸ ਦੇ ਵਿੱਚ, ਫੀਸ ਦੇਣ ਨੂੰ ਪੈਸੇ ਨਹੀਂ ਹੈ, ਬੈਂਕ ਸਾਰੇ ਬੰਦ ਨੇ ਉੱਥੇ। ਅੱਜ ਉਹ ਖਾਲਸਾ ਏਡ ਨੂੰ ਈਮੇਲ ਕਰ ਰਹੇ ਹੈ, ਸਾਨੂੰ ਰਿਕੁਐਸਟ ਕਰ ਰਹੇ ਕਿ ਸਾਨੂੰ ਸਿਰਫ ਰਾਸ਼ਨ ਦੇ ਦਿਓ, ਅਸੀਂ ਤੁਹਾਡੇ ਤੋਂ ਹੋਰ ਕੁਛ ਨਹੀਂ ਮੰਗ ਰਹੇ, ਅਸੀਂ ਰਾਸ਼ਨ ਡਿਸਟ੍ਰੀਬਿਊਟ ਕਰ ਰਹੇ ਹਾਂ। ਉੱਥੇ ਲੋਕਲ ਆਈ ਡੀ ਇੱਕ ਲੌਬੀ ਪੂਰੀ ਸਾਨੂੰ ਟਾਰਗੇਟ ਕਰ ਰਹੀ ਕਿ ਖਾਲਸਾ ਏਡ ਵਾਲੇ ਰਾਸ਼ਨ ਕਿਉਂ ਦੇ ਰਹੇ ਹਾਂ ਕਸ਼ਮੀਰੀਆਂ ਨੂੰ। ਪਰ ਅਸੀਂ ਕਿਹਾ ਅਸੀਂ ਇਨਸਾਨੀਅਤ ਨਾਲ ਖੜੇ ਹਾਂ, ਸਾਡੇ ਲਈ ਕਸ਼ਮੀਰੀ, ਪੰਜਾਬੀ, ਕੇਰਲਾ, ਤਾਮਿਲ ਸਾਡੇ ਲਈ ਕੋਈ ਮੈਟਰ ਨਹੀਂ ਕਰਦਾ, ਸਾਡੇ ਲਈ ਇਨਸਾਨ ਮੈਟਰ ਕਰਦਾ। ਅਗਰ ਇਹ ਭੁੱਖ ਹੈ, ਇਸਨੂੰ ਰਾਸ਼ਨ ਨਹੀਂ ਹੈ, ਇਸ ਕੋਲ ਰੋਟੀ ਨਹੀਂ ਹੈ, ਅਸੀਂ ਦੇਵਾਂਗੇ। ਔਰ ਇੰਨੀ ਨੀਚ ਹਰਕਤ ਉਸ ਦਿਨ ਹੋਈ ਕਿ ਸਾਡੇ ਵਲੰਟੀਅਰਸ ਨੂੰ ਉੱਥੇ ਲੋਕਲ ਆਈਡ ਨੇ ਪੁਲਿਸ ਨੂੰ ਬੁਲਾ ਲਿਆ, ਵਲੰਟੀਅਰਸ ਨੂੰ ਥਾਣੇ ਜਾ ਕੇ ਲੈ ਗਏ ਉੱਥੇ ਵੀ ਤੁਸੀਂ ਦੱਸੋ ਤੁਸੀਂ ਕਿਉਂ ਰਾਸ਼ਨ ਵੰਡਣ ਆਏ ਹੋ। ਮਤਲਬ ਇਸ ਤਰ੍ਹਾਂ ਦੇ ਸਟਰਗਲਸ ਨੇ, ਇਹ ਮੈਂ ਇੱਕ ਐਗਜ਼ਾਮਪਲ ਦੱਸ ਰਿਹਾ ਕਿ ਇਹ ਇੱਕ ਐਗਜ਼ਾਮਪਲ ਸਾਡੇ ਨਾਲ ਬੀਤੀ ਆ, ਇੱਦਾਂ ਦੀਆਂ ਕਿੰਨੀਆਂ ਐਗਜ਼ਾਮਪਲਸ, ਕਿੰਨਾ ਹੀ ਕੁਛ ਸਾਡੇ ਨਾਲ ਹੋ ਰਿਹਾ। ਪਰ ਮਹਾਰਾਜ ਦੀ ਕਿਰਪਾ ਦੇ ਨਾਲ, ਗੁਰੂ ਸਾਹਿਬ ਦਾ ਸਾਨੂੰ ਸਪੋਰਟ ਹੈ, ਆਸਰਾ ਕਿ ਸੰਗਤ ਸਾਨੂੰ ਇੰਨਾ ਸਹਿਯੋਗ ਦੇ ਰਹੀ ਹੈ ਤੇ ਅਸੀਂ ਚੱਲ ਰਹੇ ਹਾਂ। ਅੱਜ ਵੀ ਜਦੋਂ ਪਹਿਲੇ ਦਿਨ ਜਦੋਂ ਪਾਣੀ ਆਇਆ ਪੰਜਾਬ ਦੇ ਵਿੱਚ ਤਾਂ ਮੂਹਰੇ ਹੋ ਕੇ ਅਸੀਂ ਲੱਗੇ ਸੀ, ਪਹਿਲੇ ਦਿਨ ਤੋਂ ਲੈ ਕੇ ਅੱਜ 20 ਦਿਨ ਹੋ ਗਏ, 24 ਘੰਟੇ 24/7 ਅਸੀਂ ਸੜਕਾਂ ਤੇ ਹਾਂ, ਕੰਮ ਦੇ ਵਿੱਚ ਲੱਗੇ ਹਾਂ। ਅੱਜ ਵੀ 300-400 ਮੁੰਡਾ ਵਲੰਟੀਅਰ ਉੱਥੇ ਲੱਗਿਆ ਹੋਇਆ, ਕੋਈ ਗਡਾਊਨ ਦੇ ਵਿੱਚ ਪੈਕਿੰਗ ਕਰ ਰਿਹਾ, ਕੋਈ ਅਸੈਸਮੈਂਟ ਕਰ ਰਿਹਾ, ਕੋਈ ਮੱਝਾਂ ਖਰੀਦਣ ਗਿਆ, ਕੋਈ ਮੱਝਾਂ ਡਿਸਟ੍ਰੀਬਿਊਟ ਕਰਨ ਗਿਆ। ਸੋ ਕੋਈ ਬੈਕਐਂਡ ਆਫਿਸ ਦੇ ਵਿੱਚ ਆਹ ਦੇਖੋ, ਹੁਣ ਵੀ ਸੰਗਤ ਆ ਕੇ ਬੈਠੀ ਹੋਈ ਹੈ, ਵਿੱਚ ਬਾਹਰ 20-25 ਜਣੇ ਬੈਠੇ ਹੈ, ਉਹ ਆਪਣੇ ਪਿੰਡਾਂ 'ਚੋਂ ਦਸਵੰਧ ਇਕੱਠਾ ਕਰਕੇ ਖਾਲਸਾ ਏਡ ਨੂੰ ਦੇ ਰਹੇ ਹਾਂ। ਕਿਉਂ? ਅੱਜ ਉਹ ਟਰੱਸਟ ਬਿਲਡ ਕਰ ਪਾਏ ਹਾਂ ਅਸੀਂ, ਜੋ ਪਿਛਲੇ ਇੰਨੇ ਦਹਾਕਿਆਂ ਤੋਂ ਜਥੇਬੰਦੀਆਂ ਖੜੀਆਂ ਹੋਈਆਂ, ਸਿਰਫ ਕਿਸ ਕਰਕੇ ਬਹਿ ਜਾਂਦੀਆਂ, ਕਰਪਸ਼ਨ ਕਰਕੇ। ਅਸੀਂ ਘੜੀ ਘੜੀ ਲਾਈਵ ਹੋ ਕੇ ਰਵੀ ਭਾਅ ਜੀ ਦੱਸ ਰਹੇ ਨੇ ਕਿ ਸਾਡੇ ਕੋਲ ਇੰਨਾ ਪੈਸਾ ਇਕੱਠਾ ਹੋ ਗਿਆ, ਹਾਲਾਂਕਿ ਸਾਰੇ ਦੇਖ ਵੀ ਸਕਦੇ ਨੇ ਕਿੰਨਾ ਇਕੱਠਾ ਹੋਇਆ, ਬਟ ਅਸੀਂ ਆਪਣੇ ਮੂੰਹੋਂ ਬੋਲ ਕੇ ਦੱਸ ਰਹੇ ਹਾਂ ਕਿ ਅਸੀਂ ਛੁਪਾਈਏ ਨਾ। ਉਸ ਤੋਂ ਬਾਅਦ ਜਦੋਂ ਇਹ ਪੈਸਾ ਲੱਗੇਗਾ ਵੀ ਅਸੀਂ ਆਪਣਾ ਸਟਾਫ ਹੋਰ ਰੱਖ ਰਹੇ ਹਾਂ ਕਿ ਅਸੀਂ ਇਸ ਹਿਸਾਬ ਨੂੰ ਤੁਹਾਡੇ ਮੂਹਰੇ ਲੈ ਕੇ ਆਈਏ ਕਿ ਅਸੀਂ 1-1 ਰੁਪਈਆ ਤੁਹਾਡਾ ਕਿੱਥੇ ਲਗਾਇਆ, 1-1 ਰੁਪਈਆ ਤੁਹਾਡੇ ਕਿੱਥੇ। ਪਰ ਉਸ ਤੋਂ ਬਾਅਦ ਵੀ ਅੱਜ ਪੰਜਾਬ ਦੀ ਇੱਕ ਇਹੋ ਜਿਹੀ ਅਖਬਾਰ ਤੇ ਇਹੋ ਜਿਹੇ ਜਰਨਲਿਸਟ ਪਤਾ ਨਹੀਂ ਕਿਹੋ ਜਿਹੇ ਪੈਦਾ ਕੀਤੇ ਨੇ ਕਿ ਜਿਹੜੇ ਬਿਨਾਂ ਸੋਚੇ ਸਮਝੇ ਝੂਠ ਸਿਰਫ ਫੈਲਾਉਣ ਦੀ ਕੋਸ਼ਿਸ਼ ਕਰਨਗੇ। ਮੈਨੂੰ ਉਹੀ ਤਰਸ ਆ ਰਿਹਾ ਭਾਈ ਸਾਹਿਬ ਕਿ ਅੱਜ ਇੱਕ ਇਹੋ ਜਿਹੀ ਜਥੇਬੰਦੀ ਨੂੰ ਟਾਰਗੇਟ ਕੀਤਾ ਉਹਨਾਂ ਨੇ, ਜੇ ਸ਼ਾਇਦ ਇਹ ਪੋਸਟ ਇੱਕ
ਸਾਡੀ ਕੋਈ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨੇ ਕਮੈਂਟ ਕੀਤਾ ਹੁੰਦਾ ਜਾਂ ਕਿਸੇ ਸੋਸ਼ਲ ਮੀਡੀਆ ਦੇ ਫੇਕ ਅਕਾਊਂਟ ਨੇ ਕਿਸੇ ਨੇ ਪੋਸਟ ਪਾਈ ਹੁੰਦੀ ਨਾ, ਸ਼ਾਇਦ ਅਸੀਂ ਇਹ ਲਾਈਵ ਨਾ ਕਰਕੇ ਦੱਸਦੇ ਹੁੰਦੇ। ਅੱਜ ਇੱਕ ਜ਼ਿੰਮੇਵਾਰ ਅਖਬਾਰ ਜਿਹਨੂੰ ਲੋਕੀ ਪੜ੍ਹਦੇ ਨੇ, ਜਿਹੜੇ ਇੰਨੀ ਹਜ਼ਾਰਾਂ ਦੀ ਗਿਣਤੀ ਵੀ ਛਪਦੀ ਹੈ, ਤੁਸੀਂ ਬਿਨਾਂ ਸੋਚੇ ਸਮਝੇ ਉਸ ਚੀਜ਼ ਦੇ ਵਿੱਚ ਖਬਰ ਲਗਾ ਰਹੇ ਹੋ, ਬਿਨਾਂ ਰਿਪੋਰਟਸ ਸਾਡੀਆਂ ਪੜ੍ਹੇ, ਬਿਨਾਂ ਸਾਡੇ ਅਕਾਊਂਟਸ ਦੇਖੇ। ਅਸੀਂ ਗੌਰਮੈਂਟ ਰਜਿਸਟਰਡ ਚੈਰਿਟੀ ਹਾਂ, ਇੰਗਲੈਂਡ ਦੇ ਵਿੱਚ ਵੀ, ਇੰਡੀਆ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਜਿੱਥੇ ਜਿੱਥੇ ਸਾਡੀਆਂ ਬ੍ਰਾਂਚਿਸ ਨੇ, ਆਸਟ੍ਰੇਲੀਆ। ਸਾਡਾ ਇੱਕ ਫਲੋਰ ਪੂਰੇ ਇੰਡੀਆ ਦਾ ਇੱਕ ਫਲੋਰ ਪੂਰਾ ਕਾਗਜ਼ੀ ਕਾਰਵਾਈ ਨਾਲ ਭਰਿਆ ਹੋਇਆ, ਜਿੰਨੇ ਡਾਕੂਮੈਂਟੇਸ਼ਨ ਅਸੀਂ ਕਰਦੇ ਹਾਂ। ਕਈ ਵਾਰ ਸਾਨੂੰ ਸੰਗਤ ਕਹਿੰਦੀ ਕਿ ਇੰਨੇ ਡਾਕੂਮੈਂਟਸ ਦੀ ਕੀ ਲੋੜ ਹੈ, ਤੁਸੀਂ ਤਾਂ ਸੇਵਾ ਕਰ ਰਹੇ ਹੋ, ਕਰੀ ਚਲੋ। ਬਟ ਅਸੀਂ ਕਿਹਾ ਨਹੀਂ, ਸਾਡੇ ਲਈ ਪ੍ਰੋਫੈਸ਼ਨਲਿਜ਼ਮ ਬਹੁਤ ਜ਼ਰੂਰੀ ਹੈ। ਜਿਸ ਹਿਸਾਬ ਸਿਰ ਸੰਗਤ ਸਾਨੂੰ ਸਪੋਰਟ ਕਰ ਰਹੀ ਹੈ, ਅਸੀਂ ਟਰਾਂਸਪੇਰੈਂਸੀ ਰੱਖਣਾ ਚਾਹੁੰਦੇ ਹਾਂ। ਅਸੀਂ ਆਪਣੇ ਟਰੱਸਟ ਦੇ, ਆਪਣੇ ਚੈਰਿਟੀ ਦੇ ਕੌਂਸਟੀਟਿਊਸ਼ਨ ਇੰਨੇ ਟਾਈਟ ਬਣਾਏ ਹੈ ਕਿ ਕਿਸੇ ਹੇਰਾਫੇਰੀ ਦਾ ਚਾਂਸ ਹੀ ਨਾ ਹੋਵੇ। ਪਰ ਇੱਕ ਗੱਲ ਮੈਂ ਹੋਰ ਚੀਜ਼ ਕਹਿਣਾ ਚਾਹੁੰਦਾ, ਅਸੀਂ ਰਜਿਸਟਰਡ ਚੈਰਿਟੀ ਹਾਂ। ਜੇ ਸਾਡੇ ਖਿਲਾਫ਼ ਕੋਈ, ਅਸੀਂ ਗਲਤ ਕੰਮ ਕਰਦੇ ਹੁੰਦੇ, ਅਸੀਂ ਇਲੀਗਲ ਕੋਈ ਐਕਟੀਵਿਟੀ ਜਾਂ ਕਰਪਸ਼ਨ ਕਰਦੇ ਹੁੰਦੇ, ਗੌਰਮੈਂਟ ਸਾਨੂੰ ਤਾਲਾ ਲਗਾ ਸਕਦੀ ਸੀ। ਅਸੀਂ ਚਾਰ ਦਿਨ ਨਹੀਂ ਕੰਮ ਕਰ ਸਕਦੇ, ਅਸੀਂ ਚਾਰ ਦਿਨਾਂ ਬਾਅਦ ਸਾਡੀ ਚੈਰਿਟੀ, ਅੱਜ ਕਿੰਨੀਆਂ ਚੈਰਿਟੀਆਂ ਗੌਰਮੈਂਟ ਬੰਦ ਕਰ ਦਿੰਦੀ, ਕਿਸ ਰੀਜ਼ਨ ਕਰਕੇ? ਕਿਉਂਕਿ ਉਹਨਾਂ ਦੇ ਵਿੱਚ ਕੁਛ ਨਾ ਕੁਛ ਲੂਪ ਹੋਲ ਹੁੰਦਾ। ਅਗਰ ਸਾਡੇ ਵਿੱਚ ਕੋਈ ਕਮੀ ਹੈ, ਸਾਨੂੰ ਆਫੀਸ਼ਲਸ ਆ ਕੇ ਕਹਿਣ, ਅਸੀਂ ਇੰਪਰੂਵ ਕਰਾਂਗੇ। ਸਾਨੂੰ ਕਹਿਣ ਕਿ ਤੁਸੀਂ ਨਹੀਂ ਕੰਮ ਨਹੀਂ ਕਰ ਸਕਦੇ, ਬੰਦ ਕਰ ਦੇਣਗੇ ਸਾਨੂੰ। ਬਟ ਅਗਰ ਅਸੀਂ ਇੰਨੇ ਚੈਲੰਜਸ ਨੂੰ ਫੇਸ ਕਰਦੇ ਹੋਏ, ਸਾਰੀ ਲੀਗੈਲਿਟੀਜ਼ ਫੋਲੋ ਕਰਦੇ ਹੋਏ, ਤੇ ਅੱਜ ਕਿਹੜੇ ਬੰਦੇ ਆ ਕੇ ਖੜੇ ਹੋ ਗਏ? ਪੱਤਰਕਾਰ ਆਪਣਾ ਨਾਮ ਵੀ ਨਹੀਂ ਦੱਸ ਪਾ ਰਿਹਾ। ਮੈਂ ਤਾਂ ਕਹਿੰਦਾ ਆਈਡੈਂਟੀ ਲਿਆਓ ਸਾਹਮਣੇ, ਸਾਡੇ ਸਾਹਮਣੇ ਆ ਕੇ ਸਾਡੇ ਨਾਲ ਗੱਲ ਕਰੋ, ਸਾਨੂੰ ਈਮੇਲ ਕਰੋ, ਅਸੀਂ ਇਹੀ ਆ ਭਾਈ। ਜੇ ਸ਼ਾਇਦ ਇਹ ਜਰਨਲਿਸਟ ਐਂਗਲ ਹੁੰਦਾ, ਸੋਚ ਸਮਝ ਕੇ ਲਿਖੀ ਹੁੰਦੀ, ਸ਼ਾਇਦ ਅਸੀਂ ਵੈਲਕਮ ਕਰਦੇ ਕਿ ਯਾਰ ਅੱਛਾ, ਇੰਨੇ ਪੜ੍ਹੇ ਲਿਖੇ ਲੋਕ ਨੇ ਸਾਡੇ ਨਾਲ ਕੁਐਸਚਨ ਕਰ ਰਹੇ ਨੇ, ਅਸੀਂ ਤਾਂ ਕਹਿੰਦੇ ਹਿਸਾਬ ਮੰਗੋ ਸਾਡੇ ਤੋਂ, ਕਿਉਂ ਨਹੀਂ ਮੰਗ ਰਹੇ ਹਿਸਾਬ? ਅੱਜ ਇੱਕ ਬੰਦੇ ਨੇ ਭਾਜੀ, ਮੈਂ ਇੱਕ ਐਗਜ਼ਾਮਪਲ ਸ਼ੇਅਰ ਕਰਨਾ ਚਾਹੁੰਦਾ, ਕਾਫੀ ਸੰਗਤ ਜੁੜੀ ਹੋਈ ਆ, ਇਸ ਦੇ ਨਾਲ ਪਤਾ ਲੱਗ ਜਾਂਦਾ। ਇੱਕ ਬੰਦੇ ਨੇ ਬਹੁਤ ਫੇਕ ਪ੍ਰੋਫਾਈਲ ਬਣਾ ਕੇ ਖਾਲਸਾ ਏਡ ਦੇ ਖਿਲਾਫ਼ ਇੱਕ ਕੈਂਪੇਨ ਜੀ ਸ਼ੁਰੂ ਕੀਤੀ। ਅਸੀਂ ਉਸਨੂੰ ਜਵਾਬ ਦਿੱਤਾ ਕਿ ਇੱਕ ਈਮੇਲ ਕਰ ਸਾਨੂੰ, ਇਹ ਫੇਕ ਪ੍ਰੋਫਾਈਲਾਂ ਨੂੰ ਛੱਡ ਦੇ। ਉਸਨੇ ਚਲੋ ਹਿੰਮਤ ਕਰਕੇ ਸਾਨੂੰ ਮਹੀਨੇ ਬਾਅਦ, ਦੋ ਮਹੀਨੇ ਬਾਅਦ ਇੱਕ ਈਮੇਲ ਕੀਤੀ, ਕਹਿੰਦਾ ਖਾਲਸਾ ਏਡ ਜਿਹੜਾ ਤੁਹਾਡੇ ਕੋਲ ਫੰਡ ਆਉਂਦਾ, ਤੁਸੀਂ ਇੰਨਾ ਫੰਡ ਜਿਹੜਾ ਐਡਮਿਨ ਕੋਸਟ ਦੇ ਉੱਤੇ ਲਗਾ ਦਿੰਦੇ ਹੋ। ਮੈਨੂੰ ਬਹੁਤ ਖੁਸ਼ੀ ਹੋਈ ਕਿ ਯਾਰ ਬੰਦੇ ਨੇ ਹਿੰਮਤ ਕਰਕੇ ਸਾਨੂੰ ਕੁਐਸਚਨ ਕੀਤਾ, ਔਰ ਮੈਂ ਵਿਦ ਫੈਕਟਸ ਉਸਦਾ ਜਵਾਬ ਦਿੱਤਾ ਕਿ ਗੌਰਮੈਂਟ ਦਾ ਰੂਲ ਹੈ, ਜੇ ਅਸੀਂ ਇੰਨੇ ਪਰਸੈਂਟ ਯੂਜ਼ ਕਰ ਸਕਦੇ ਹਾਂ, 10-15% ਐਡਮਿਨ ਕੋਸਟ ਹਰ ਇੱਕ ਚੈਰਿਟੀ ਕਰਦੀ ਹੈ, ਇੱਕ ਮਿਨੀਮਮ ਇੱਕ ਫਿਗਰ ਹੈ। ਅਸੀਂ ਉਸਨੂੰ ਜਦੋਂ ਜਵਾਬ ਦਿੱਤਾ, ਅਸੀਂ ਕਿਹਾ ਸਾਡੇ ਕੋਲ 3% ਸਿਰਫ ਐਡਮਿਨ ਕੋਸਟ ਲੱਗਦੀ ਹੈ ਟੋਟਲ ਫੰਡ ਦੇ ਵਿੱਚੋਂ, ਤੇ ਉਸ ਤੋਂ ਬਾਅਦ ਮੁੜ ਕੇ ਉਹਦਾ ਜਵਾਬ ਨਹੀਂ ਆਇਆ। ਜੇ ਤੁਸੀਂ ਇਸ ਤਰ੍ਹਾਂ ਸਾਨੂੰ ਕੁਐਸਚਨ ਕਰੋ, ਇਸ ਤਰ੍ਹਾਂ ਸਾਨੂੰ ਕੁਐਰੀ ਪਾਓ, ਅਸੀਂ ਹਰ ਇੱਕ ਚੀਜ਼ ਦਾ ਜਵਾਬ ਦੇਵਾਂਗੇ। ਨਾਲ ਅਸੀਂ ਫਿਰ ਵੀ ਲਾਸਟ ਦੇ ਵਿੱਚ ਇਹ ਕਹਿੰਦੇ, ਅਸੀਂ ਇਨਸਾਨ ਆ, ਅਸੀਂ ਪਰਫੈਕਟ ਨਹੀਂ ਆ, 100% ਪਰਫੈਕਟ ਨਹੀਂ, ਸ਼ਾਇਦ ਅਸੀਂ ਇੰਨੀ ਸੇਵਾ ਕਰਦੇ ਕਰਦੇ ਇਸ ਟਾਈਮ ਪਤਾ ਨਹੀਂ ਕਿੰਨੇ ਪ੍ਰੋਜੈਕਟ ਚੱਲ ਰਹੇ ਨੇ, ਕਿੰਨਾ ਕੁਛ ਹੋ ਰਿਹਾ, ਅਸੀਂ ਸ਼ਾਇਦ ਗਲਤੀ ਕਰ ਵੀ ਸਕਦੇ ਹਾਂ, ਬਟ ਅਸੀਂ ਸੰਗਤ ਦੇ ਅੱਗੇ ਖੜੇ ਹਾਂ, ਸੰਗਤ ਦੇ ਸਾਹਮਣੇ ਖੜੇ ਹਾਂ, ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਚੱਲਣਾ। ਸਾਨੂੰ, ਅਸੀਂ ਪ੍ਰੋਫੈਸ਼ਨਲ ਵੀ ਇੱਕ ਪ੍ਰੋਜੈਕਟ ਸ਼ੁਰੂ ਕਰਨਾ, ਅੱਜ ਪੰਜਾਬ ਦਾ ਪ੍ਰੋਜੈਕਟ ਚੱਲ ਰਿਹਾ, ਅਸੀਂ ਡੰਗਰਾਂ ਜਿਹੜੇ ਦੇ ਰਹੇ ਨੇ, ਜਿਹਨਾਂ ਨੂੰ ਮੱਝਾਂ ਦੇ ਰਹੇ ਹਾਂ, ਉਹਨਾਂ ਦਾ ਕਾਰੋਬਾਰ ਦੁਆਰਾ ਸ਼ੁਰੂ ਹੋ ਰਿਹਾ, ਉਹਨਾਂ ਨੂੰ ਸਟੈਂਡ ਕਰ ਰਹੇ। ਇੱਕ ਪਾਸੇ ਸਾਡੀ ਨਵੀਂ ਅਸੈਸਮੈਂਟ ਚੱਲ ਰਹੀ ਹੈ, ਅਸੀਂ ਅਗਲਾ ਸਟੈਪ ਕਿਹੜਾ ਹੋਏਗਾ ਸਾਡਾ, ਉਸਦੇ ਲਈ ਮੈਂ ਕੱਲ ਵੀ ਜਲੰਧਰ ਸੀ ਪ੍ਰੋਫੈਸ਼ਨਲਸ ਦੇ ਨਾਲ ਮੀਟਿੰਗ ਕਰਕੇ ਕਿ ਜਿਨ੍ਹਾਂ ਦੇ ਖੇਤਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਦੁਬਾਰਾ ਕਿੱਦਾਂ ਸਟੈਂਡ ਕਰਨਾ। ਪ੍ਰੋਫੈਸ਼ਨਲਸ ਹਾਇਰ ਕਰਕੇ ਅਸੀਂ ਸਲਾਹਾਂ ਲੈਂਦੇ ਹਾਂ, ਐਕਸਪਰਟਸ ਤੋਂ ਸਲਾਹ ਲੈਂਦੇ ਹਾਂ ਕਿ ਕਿਹੜੇ ਫੀਲਡ ਦੇ ਵਿੱਚ। ਹੁਣ ਗਾਵਾਂ ਦਾ, ਡੰਗਰਾਂ ਦਾ ਮੈਨੂੰ ਨਹੀਂ ਚੈੱਕ ਕਰਨਾ ਆਉਂਦਾ, ਨਾ ਰਵੀ ਸਿੰਘ ਨੂੰ ਚੈੱਕ ਕਰਨਾ ਆਉਂਦਾ, ਅਸੀਂ ਇੱਕ ਅਲੱਗ ਟੀਮ ਬਣਾਈ ਹੋਈ ਹੈ ਜਿਹੜੇ 10 ਜਣੇ ਸਿਰਫ ਪਰਚੇਜਿੰਗ ਦੇ ਉੱਤੇ, ਸਿਲੈਕਸ਼ਨ ਦੇ ਉੱਤੇ ਲੱਗੇ ਨੇ। ਸੋ ਸਾਡਾ ਫੋਕਸ ਪ੍ਰੋਫੈਸ਼ਨਲਸ ਨੂੰ ਯੂਜ਼ ਕਰਨ ਦਾ ਹੁੰਦਾ ਕਿ ਅਸੀਂ ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਦਾ ਜੋ ਐਕਸਪੀਰੀਅੰਸ ਹੈ ਉਸਦੇ ਨਾਲ ਚੱਲੀਏ। ਸਾਡਾ ਐਕਸਪੀਰੀਅੰਸ ਗਰਾਊਂਡ ਜ਼ੀਰੋ ਤੇ ਆ, ਪ੍ਰੋਜੈਕਟ ਨੂੰ ਕਿੱਦਾਂ ਪਲਾਨ ਆਊਟ ਕਰਨਾ, ਬਟ ਜਿਹੜਾ ਫੀਲਡ ਹੈ ਉਹ ਐਕਸਪਰਟਸ ਦਾ, ਉਹ ਸਾਨੂੰ ਸਲਾਹ ਦੇ। ਸੋ ਬਸ ਮੁੱਖ ਦੀ ਗੱਲ ਇਹ ਹੈ ਕਿ ਸਾਡੇ ਨਾਲ ਗੱਲ ਕਰੋ, ਡਾਇਰੈਕਟ ਗੱਲ ਕਰੋ। ਤੁਹਾਡੇ ਕੋਲ ਆਫਿਸ ਦੇ ਐਡਰੈਸ ਨੇ, ਆਫਿਸ ਦੇ ਈਮੇਲ, ਸਾਰਾ ਕੁਛ ਵੈਬਸਾਈਟ ਤੇ ਹੈ,
ਤੁਸੀਂ ਜਿਹੜੇ ਮਰਜ਼ੀ ਦੇਸ਼ ਦੇ ਸਾਡੀ ਬ੍ਰਾਂਚ ਦੇ ਨਾਲ ਕੰਟੈਕਟ ਕਰ ਸਕਦੇ ਹੋ, ਡਾਇਰੈਕਟਲੀ ਕਰੋ। ਇਹੋ ਜਿਹੀ ਖਬਰਾਂ ਚਾਹੁੰਦੀਆਂ ਨੇ ਕਿ ਅਸੀਂ ਨੈਗੇਟਿਵਿਟੀ ਫੈਲਾਈਏ ਤੇ ਅਸੀਂ ਡੀਫੇਮ ਕਰੀਏ ਖਾਲਸਾ ਏਡ ਨੂੰ। ਇੱਕ ਹੋਰ ਮੈਂ ਗੱਲ ਦੱਸ ਦੇਣਾ ਚਾਹੁੰਦਾ ਭਾਈ ਸਾਹਿਬ, ਸਾਡੇ ਆਫਿਸ ਦੇ ਵਿੱਚ ਅਸੀਂ ਆਪਣੇ ਲੀਗਲ ਸੈੱਲ ਨਾਲ ਗੱਲ ਕਰ ਲਈ, ਅਸੀਂ ਲੀਗਲੀ ਵੀ ਇਸ ਚੀਜ਼ ਨੂੰ ਚੈਲੰਜ ਕਰਨ ਲੱਗੇ ਹਾਂ। ਅਸੀਂ ਅਖਬਾਰ ਦੇ ਨੂੰ ਈਮੇਲ ਡਰਾਫਟ ਕਰ ਰਹੇ ਹਾਂ, ਸਾਰੇ ਲੀਗਲ ਸੈੱਲ ਸਾਡਾ ਇਹ ਚੀਜ਼ ਦੇਖ ਰਿਹਾ, ਪਰ ਇਹ ਸੰਗਤ ਦੇ ਲਈ ਸੋਸ਼ਲ ਮੀਡੀਆ ਤੇ ਲਾਈਵ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਹਰ ਇੱਕ ਚੀਜ਼ ਅਸੀਂ ਜੋ ਸਾਡੀ ਲੀਗਲੀ ਕਾਰਵਾਈ ਚੱਲ ਰਹੀ ਹੈ ਅਸੀਂ ਨਹੀਂ ਦੱਸ ਪਾਉਂਦੇ, ਬਟ ਲੀਗਲੀ ਕਾਰਵਾਈ ਵੀ ਸਾਡੀ ਪੈਰਲਲੀ ਚੱਲ ਰਹੀ ਹੈ, ਅਸੀਂ ਸ਼ੁਰੂ ਕਰਤੀ ਹੈ ਸਵੇਰ ਤੋਂ। ਇਹ ਲਾਈਵ ਸੰਗਤਾਂ ਲਈ ਹੈ ਕਿ ਤੁਹਾਨੂੰ ਕਦੇ ਵੀ ਕੋਈ ਕੁਐਰੀ ਹੋਵੇ ਤੇ ਤੁਸੀਂ ਸਾਡੇ ਨਾਲ, ਅਸੀਂ ਤੁਹਾਡੀ ਕਚਹਿਰੀ 'ਚ ਖੜੇ ਹਾਂ ਹਮੇਸ਼ਾ। ਫਰੀਜ਼ ਹੋ ਗਿਆ ਤੁਹਾਡਾ ਮਰ ਜਾ ਫੋਨ, ਆਵਾਜ਼ ਫਰੀਜ਼ ਹੋ ਗਈ ਆ। ਸੋ ਥੈਂਕ ਯੂ ਜੇ ਸੁਣਦਾ ਮੇਰਾ ਮੈਸੇਜ ਤੁਹਾਨੂੰ, ਥੈਂਕ ਯੂ ਤੁਹਾਡੇ ਟਾਈਮ ਦਾ, ਸਮੇਂ ਦਾ। ਤੁਸੀਂ ਮਰ ਜਾ ਫਰੀਜ਼ ਹੋ ਗਏ ਹੁਣ ਮੇਰੇ ਸਕਰੀਨ 'ਤੇ। ਸੋ ਥੈਂਕ ਯੂ ਅਮਰਪ੍ਰੀਤ ਸਿੰਘ ਜੀ, ਤੁਸੀਂ ਸੁਣ ਲੈ ਵਿਚਾਰ ਮਰ ਜਾ ਇੱਥੋਂ। ਅਮਰਪ੍ਰੀਤ ਮੇਰਾ ਚਲੀ ਗਿਆ ਆ, ਅਮਰਪ੍ਰੀਤ ਸਿੰਘ ਤੁਸੀਂ ਫਿਰ ਮਗਰੋਂ ਗੱਲ ਕਰਦੇ। ਸੋ ਤੁਸੀਂ ਆਪੇ ਸੁਣਿਆ ਭਾਈ ਅਮਰਜੀਤ ਸਿੰਘ ਤੋਂ ਭਾਈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕਿ ਸਾਰਾ ਕੰਮ ਚਾਲੂ ਆ, ਸਾਰੇ ਪਾਸੇ ਸੇਵਾ ਚੱਲ ਰਹੀ ਆ। ਹੁਣ ਹੜ੍ਹਾਂ ਦੇ ਵਿੱਚ ਬਹੁਤ ਬਿਜ਼ੀ ਸਾਡੀ ਟੀਮ ਅਤੇ ਸੰਘ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਸਾਨੂੰ ਹਰ ਵਾਰੀ ਬਸ ਖਾਲਸਾ ਏਡ ਉੱਪਰ ਉਂਗਲ ਉਠਾਈ ਜਾਂਦੀਆਂ ਉਂਗਲਾਂ, ਕਿਉਂਕਿ ਅਸੀਂ ਅਲੱਗ ਖੜ੍ਹੇ ਸੰਘ ਦੇ ਨਾਲ, ਕਿਸੇ ਜਥੇਬੰਦੀ ਨਾਲ, ਕਿਸੇ ਗਰੁੱਪ ਨਾਲ ਨਹੀਂ। ਸਾਨੂੰ ਹੋਰ ਤਕੜਾ ਕਰੋ ਅਤੇ ਜਿਹੜੇ ਸਾਡੇ ਉਂਗਲਾਂ ਉਠਾਉਂਦੇ ਆ, ਅਸੀਂ ਵੀ ਉਹਨੂੰ ਦੱਸ ਸਕਦੇ ਭਾਈ ਸੰਘ ਸਾਡੇ ਨਾਲ ਆ। ਸਾਨੂੰ ਜਿੰਨਾ ਕੁ ਤੁਸੀਂ ਮਹੀਨੇ ਦਾ $5 ਲਾਉਣਾ, $10 ਲਾਉਣਾ, ਸਾਡੇ ਹਰ ਤਰ੍ਹਾਂ ਦੇ ਉੱਥੇ ਸਾਡੀ ਡੋਨੇਸ਼ਨ ਪੇਜ 'ਤੇ, ਵੈਬਸਾਈਟ 'ਤੇ khalsaaid.org www.khalsaaid.org 'ਤੇ ਆਪਸ਼ਨ ਹੈਗੇ, ਇਹਨੂੰ ਇੱਕ ਜਵਾਬ ਤਕੜਾ ਦੇਵੋ ਕਿ ਅਸੀਂ ਖਾਲਸਾ ਦੇ ਨਾਲ ਹਾਂ। ਸਾਡੇ ਵੱਲੋਂ ਤੁਹਾਡਾ ਬਹੁਤ ਧੰਨਵਾਦ, ਸੰਗਤ ਦਾ, ਆਸਟ੍ਰੇਲੀਆ, ਕਨੇਡਾ, ਅਮਰੀਕਾ, ਯੂਰਪ, ਅਮੈਰੀਕਾ, ਪੰਜਾਬ ਦਾ, ਪੰਜਾਬ ਦੇ ਸੇਵਾਦਾਰਾਂ ਦਾ, ਇਕੱਲੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ, ਅਤੇ ਜਿਹੜੇ ਸਾਨੂੰ ਸਪੋਰਟ ਕਰਦੇ, ਕਿਉਂਕਿ ਤੁਹਾਡੇ ਤੋਂ ਬਗੈਰ ਅਸੀਂ ਕੁਛ ਨਹੀਂ ਗਏ। ਸੋ ਸਾਡੇ ਵੱਲੋਂ ਬਹੁਤ ਧੰਨਵਾਦ ਜੀ, ਪਰ ਅਸੀਂ ਗਲਤੀਆਂ ਤਾਂ ਕਰਦੀਆਂ, ਗਲਤੀਆਂ ਹੋਣੀ ਜਾਣੀਆਂ, ਪਰ ਜਦੋਂ ਕਿ ਇੱਥੋਂ ਇੰਗਲੈਂਡ ਆਉਂਗੇ ਤੁਸੀਂ ਸਾਨੂੰ ਫੋਨ ਕਰਕੇ, ਮੈਸੇਜ ਕਰਕੇ ਆ ਜਾਓ, ਅਤੇ ਬੈਸਟ ਥਿੰਗ ਹੈ ਸਾਨੂੰ ਈਮੇਲ ਨਾ ਭੇਜੋ, ਬਹਿ ਕੇ ਆ ਜਾਓ, ਬੈਠੋ ਆ ਕੇ ਅਤੇ ਸਾਨੂੰ ਪੁੱਛ ਲਓ ਕਿ ਜੇ ਚਾਹ ਦਾ ਕੱਪ ਪੀ ਲਓ ਅਤੇ ਤੁਹਾਨੂੰ ਅਸੀਂ ਦਿਖਾ ਦੇਵਾਂਗੇ ਸਾਰਾ ਕੁਛ, ਅਤੇ ਇਹਦੇ ਵਿੱਚੋਂ ਕੋਈ ਵੱਡੀ ਟ੍ਰਾਂਸਪੈਰੈਂਸੀ ਕੋਈ ਨਹੀਂ। ਸੋ ਤੁਹਾਡਾ ਬਹੁਤ ਧੰਨਵਾਦ ਸੰਗਤ ਦਾ, ਵੀ ਤੁਸੀਂ ਜਿੰਨੀਆਂ ਵੀ ਸਾਡੇ ਕੋਲ ਪਿਛਲੇ 2012 ਜੇ 10 ਤੋਂ ਲੱਗ ਕੇ ਜਦੋਂ ਅਸੀਂ ਖਾਲਸਾ ਏਡ ਪੰਜਾਬ 'ਚ ਬੜੇ ਹੋ, ਉਹਦੇ ਵੀ ਕੈਂਪ ਸ਼ੁਰੂ ਹੋਈਆਂ, ਤੁਹਾਨੂੰ ਲੱਗ ਗਿਆ ਪਤਾ ਭਾਈ ਕੌਣ ਸਾਡੇ ਖਿਲਾਫ਼ ਕੈਂਪੇਨ ਕਰ ਰਿਹਾ ਜ਼ਿਆਦੀਆਂ, ਅਤੇ ਤੁਸੀਂ ਸਾਥ ਦੇਈ ਜਾਓ ਅਤੇ ਅਸੀਂ ਉਹਨੇ ਜਾ ਕੇ ਤਕੜੇ ਹੋ ਕੇ ਮੂਹਰੇ ਜਾ ਕੇ ਦੁਨੀਆ ਜਿੱਥੇ ਇੰਨਾ ਪਿਆਰ ਵਧਾਇਆ, ਇਰਾਕ ਜਾ ਕੇ ਦੇਖੋ, ਟਰਕੀ ਜਾ ਕੇ ਦੇਖੋ, ਲੈਬਨਨ ਜਾ ਕੇ ਦੇਖੋ, ਅਫਰੀਕਾ, ਜਿੱਥੇ ਸਿੱਖਾਂ ਨੇ ਕਦੇ ਸਿੱਖੀ ਬਾਰੇ ਸੁਣਿਆ ਨਹੀਂ ਹੈਗਾ, ਉੱਥੇ ਅੱਜ ਤੁਹਾਡੇ ਸਿੱਖਾਂ ਦੇ ਵਾਹ ਵਾਹ ਕਰ ਰਹੇ, ਲੋਕ ਤੁਹਾਡੇ ਧੰਨਵਾਦ ਕਰ ਰਹੇ, ਖਾਲਸਾ ਖਾਲਸਾ ਥਾਂ ਥਾਂ ਕਹਿ ਰਹੇ ਜਾ ਕੇ ਉਹ ਤੁਹਾਡੇ ਕਰਕੇ। ਸੋ ਬਹੁਤ ਧੰਨਵਾਦ ਜੀ ਅਤੇ ਤੁਹਾਡੇ ਸਮੇਂ ਦਾ, ਅਤੇ ਮੈਂ ਆਸ ਕਰਦਾ ਵੀ ਸਾਨੂੰ ਤੁਸੀਂ ਸਪੋਰਟ ਕਰੀ ਜਾਓਗੇ ਅਤੇ ਸਾਨੂੰ ਹੋਰ ਤਕੜੇ ਕਰੋ। ਸਾਡੀ ਵੈਬਸਾਈਟ ਜਿਹੜੀ khalsaaid.org www.khalsaaid.org, ਉੱਥੇ ਡੋਨੇਸ਼ਨ ਕਲਿੱਕ ਆ, ਹਰ ਮਹੀਨੇ ਦਾ ਕੋਈ $5, $10 ਜਿੰਨਾ ਦੇ ਸਕਦੇ ਸਾਨੂੰ ਹੋਰ ਵੀ ਤਕੜਾ ਕਰੋ, ਇਹਨਾਂ ਦੇ ਬੰਦਿਆਂ ਨੂੰ ਜਵਾਬ ਦੇ ਸਕੀਏ, ਕਿਉਂਕਿ ਮੈਨੂੰ ਪਹਿਲਾਂ ਹੀ ਪਤਾ ਆ ਭਾਈ ਸਾਡੇ ਖਿਲਾਫ਼ ਇੰਨੀ ਕੈਂਪਨ, ਜਦੋਂ ਕੋਈ ਖਾਲਸਾ ਕੋਈ ਮੋਹਰੇ ਡੱਟ ਕੇ ਕੰਮ ਕਰਦੀ, ਕੋਈ ਨਾ ਕੋਈ ਕੈਂਪੇਨਾਂ ਸ਼ੁਰੂ ਹੁੰਦੀਆਂ, ਉਹ ਵੀ ਇਕੱਲੇ ਬਸ khalsaaid ਦੇ ਖਿਲਾਫ਼। ਇਹ ਤੁਸੀਂ ਆਪੇ ਹੀ ਸੋਚ ਸਕਦੇ ਕਿਉਂ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।